ਜੀ ਭਟ ਸਾਹਿਬ ਕੀ ਤੁਸੀਂ ਦੱਸ ਰਹੇ ਹੋ ਇਹ ਜਿਹੜੀ ਗਲੀ ਜਾਂ ਜਿਹੜਾ ਮਹੱਲਾ ਵੇ ਇਹਦਾ ਕੀ ਨਾਂ ਸੋਨੀਆ ਵਾਲਾ ਮਹੱਲਾ ਸੋਨੀਆ ਦਾ ਬਿਲਕੁਲ 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 ਮਾਂ ਜੀ ਨੇ ਜਿਹੜਾ ਖੂਹ ਦੱਸਿਆ ਉਹ ਇਸ ਜਗ੍ਹਾ ਤੇ ਸੀ ਅੱਛਾ ਇਸ ਜਗ੍ਹਾ ਦੇ ਉੱਤੇ ਜਿਹੜਾ ਨਾ ਮੰਦਰ ਸੀ ਇਸ ਜਗ੍ਹਾ ਹਾਂਜੀ ਇਸ ਜਗ੍ਹਾ ਮੰਦਰ ਹੁੰਦਾ ਸੀ ਖੂਹ ਬੰਦ ਕੀਤਾ ਤੇ ਉਹ ਤੁਸੀਂ ਵੇਖਿਆ ਖੂਹ ਚੱਲਦਿਆ ਆਪਣੀ ਹੋਸ਼ ਚ ਮੋਹਣ ਵਾਲਾ ਖੂਹ ਬਿਲਕੁਲ ਤੁਸੀਂ ਪਾਣੀ ਪੀਤਾ ਉਸ ਖੂਹ ਦਾ ਪਾਣੀ ਬੜੀ ਅਸੀਂ ਕੀਤਾ ਉਸ ਚੌਂਕ ਚ ਹੁੰਦਾ ਸੀ ਉੱਥੇ ਸਾਹਮਣੇ ਉਰਲੇ ਪਾਸੇ ਦੁਕਾਨ ਹੁੰਦੀ ਸੀ ਉਹਦੀ ਨੂਰੇ ਬੱਟ ਦੀ ਹਲਵਾਈਆਂ ਦੀ ਤੇ ਉੱਥੇ ਉਹੀ ਪਾਣੀ ਸ਼ਾਣੀ ਉਹੀ ਇਸਤੇਮਾਲ ਕਰਦੇ ਹਾਂ ਤੇ ਉੱਥੇ ਮੈਂ ਬਹਿਣਾ ਖਲੋਣਾ ਕਰਨਾ ਪਤਾ ਲੱਗਾ ਜੀ ਕਿਲੇ ਦੇ ਚਾਰ ਦਰਵਾਜ਼ੇ ਸਨ ਚਾਰਾਂ ਕੀ ਨਾਂ ਸਨ ਭਲਾ ਇੱਕ ਤੇ ਜੰਮੂ ਦਰਵਾਜ਼ਾ ਸੀ ਅੱਛਾ ਇੱਕ ਉਹ ਕਸ਼ਮੀਰੀ ਦਰਵਾਜ਼ਾ ਸੀ ਜੀ ਜਿਹੜਾ ਇੱਧਰ ਸੀ ਪਸੂਰੀ ਇੱਕ ਉਧਰ ਪਸੂਰੀ ਦਰਵਾਜ਼ਾ ਸੀ ਅੱਛਾ ਤੇ ਬਾਬਾ ਜੀ ਮੁਹੰਮਦ ਅਨਵਰ ਸਾਹਿਬ ਅਗਰ ਉਹ ਮਾਤਾ ਜੀ ਇੱਥੇ ਆਉਂਦੇ ਨੇ ਆਪਣਾ ਪਿੰਡ ਕਿਲਾ ਸੋਭਾ ਸਿੰਘ ਪਿੰਡ ਤਾਂ ਖੈਰ ਨਹੀਂ ਟਾਊਨ ਟਾਊਨ ਆ ਤੇ ਤੁਸੀਂ ਆਓ ਭਗਤ ਕਰੋਗੇ ਉਹਨਾਂ ਨੂੰ ਅਸੀਂ ਬੜੇ ਖੁਸ਼ ਹੋਵਾਂਗੇ ਅਸੀਂ ਉਹਨਾਂ ਦੀ ਜਿੰਨੀ ਕੁ ਹੋ ਸਕਦੀ ਇੱਜ਼ਤ ਕਰਾਂਗੇ ਵਾਹ ਜੀ ਵਾਹ ਤੁਸੀਂ ਕਿਤੇ ਆਓ ਤੇ ਕਿਲਾ ਅਹਿਮਦਾਬਾਦ ਹੋਣੇ ਦਾ ਨਾਂ ਹੋ ਗਿਆ ਕਿਲਾ ਸੋਭਾ ਸਿੰਘ ਬਦਲ ਗਿਆ ਅੱਛਾ ਤੇ ਉੱਥੋਂ ਕਿਸੇ ਕੋਲ ਵੀ ਪੁੱਛ ਲਓ ਕਿ ਤੇਲ ਦਾ ਕੰਮ ਕਰਦਾ ਸ਼ੇਖ ਅਨਵਰ ਤੇ ਮੈਂ ਤੁਹਾਡਾ ਸਤਿਕਾਰ ਕਰਾਂਗਾ ਤੁਹਾਨੂੰ ਹਾਂਜੀ ਹਾਂਜੀ ਪ੍ਰਵੀਨ ਸਿੰਘ ਕਬੱਡੀ ਸੀ ਹਾਂਜੀ 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 ਇਕਬਾਲ ਸੀ ਉਹਦਾ ਨਾਂ ਹਾਂਜੀ 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 ਜੀ ਅੱਜਾ ਠੀਕ ਹੈ ਜੀ ਸੀੜੀਆਂ ਦੱਸੋ ਇਹਨਾਂ ਨੂੰ ਦੱਸੋ ਮਾਂ ਜੀ ਸੀੜੀਆਂ ਚੜ੍ਹਨ ਲਏ ਆ ਜੀ ਮਾਤਾ ਜੀ ਮਾਤਾ ਜੀ ਇਹ ਸੀੜੀਆਂ ਚੜ੍ਹਨੇ ਪਏ ਜੀ ਤੁਹਾਡੇ ਘਰ ਦੀਆਂ ਹਾਂਜੀ ਸੀੜੀਆਂ ਚੜ੍ਹਨੇ ਪਏ ਆ ਉਹ ਜਿਹੜੀ ਸੀੜੀਆਂ ਨੇ ਜਿਹੜੀ ਤੁਸੀਂ ਬਣਾ ਕੇ ਗਏ ਸੋ ਜੀ ਸੀੜੀਆਂ ਚੜ੍ਹਨੇ ਪਏ ਦੂਸਰੀ ਮੰਜ਼ਿਲ ਜਾ ਰਹੇ ਜੀ ਅਸੀਂ ਜਿਹੜੀ ਬਿਲਡਿੰਗ ਉਸ ਵਕਤ ਦਾ ਹਸਪਤਾਲ ਹੁੰਦਾ ਰਿਹਾ ਜਿਹੜਾ ਸਾਹਮਣੇ ਅੱਛਾ ਸਕੂਲ ਨੰਬਰ 2 ਸਰਕਾਰੀ ਡਿਸਪੈਂਸਰੀ ਡਿਸਪੈਂਸਰੀ ਸਰਕਾਰੀ ਬਿਲਕੁਲ ਸਰਕਾਰੀ ਸੀ ਹਾਸਪਿਟਲ ਕੱਲ ਡਿਸਪੈਂਸਰੀ ਉਸ ਵਕਤ ਹਾਸਪਿਟਲ ਸੀ ਉਸ ਨਾਲ ਉਸ ਤੋਂ ਬਾਅਦ ਪਲੱਸ ਇਹਦੇ ਨਾਲ ਇਹ ਜਿਹੜਾ ਬੋਰਡਿੰਗ ਹਾਊਸ ਉਹ ਜੇਲ ਖਾਨਾ ਹੁੰਦਾ ਰਿਹਾ ਅੱਛਾ ਉਹ ਜੇਲ ਖਾਨਾ ਖਾਲੀ ਖਾਲੀ ਜਿਹੜਾ ਬਾਉਂਡਰੀ ਹੋਏਗੀ ਉਹ ਜੇਲ ਹੁੰਦੀ ਰਹੀ ਹੈ ਠੀਕ ਉਸ ਤੋਂ ਬਾਅਦ ਇੱਧਰ ਆਓ ਜਿੱਧਰ ਵੀ ਤੁਸੀਂ ਨਜ਼ਰ ਘੁਮਾ ਲਓ ਜੀ ਸਭ ਤੁਹਾਨੂੰ ਪੁਰਾਣੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਪੁਰਾਣੇ ਘਰ ਨਜ਼ਰ ਆ ਰਹੇ ਉਸੇ ਦੌਰ ਦੀ ਤੇ ਇਹ ਤੁਹਾਡੇ ਸਾਹਮਣੇ ਜੀ ਸਭ ਤੋਂ ਟਾਪ ਤੇ ਤੁਸੀਂ ਕਹਿ ਲਓ ਉਸ ਦੌਰ ਦੀ ਬੜੀ ਖੂਬਸੂਰਤ ਇਮਾਰਤ ਬੜਾ ਖੂਬਸੂਰਤ ਘਰ ਤੇ ਇਹ ਕਿਹ ਘਰ ਹੈ ਜੀ ਇਹ ਪੁਰਾਣਾ ਪੁਰਾਣਾ ਘਰ ਸਾਹਮਣੇ ਪਿੰਡ ਦਿਖਾਓ ਜੀ ਹਾਂਜੀ ਉਹ ਨਿੱਕਾ ਪਿੰਡ ਦਿਖਾਓ ਜੀ ਨਾਰੰਗ ਵਾਲੀ ਸੂਜੋ ਵਾਲੀ ਸਲਾਮਪੁਰਾ ਨਾਮ ਹੈ ਜੀ ਤੇ ਇਹ ਸਾਹਮਣੇ ਕਿਹੜਾ ਪਿੰਡ ਉਹ ਸਾਹਮਣੇ ਪਿੰਡ ਨਜ਼ਰ ਆ ਰਿਹਾ ਬਲੌਲਪੁਰ ਜੀ ਅੱਛਾ ਸਟੇਸ਼ਨ ਦੇ ਕਰੀਬ ਸਟੇਸ਼ਨ ਦੇ ਕਰੀਬ ਜੀ ਭਟ ਸਾਹਿਬ ਕੀ ਤੁਸੀਂ ਦੱਸ ਰਹੇ ਹੋ ਇਹ ਜਿਹੜੀ ਗਲੀ ਜਾਂ ਜਿਹੜਾ ਮਹੱਲਾ ਵੇ ਇਹਦਾ ਕੀ ਨਾਂ ਸੀ ਸੋਨੀਆ ਵਾਲਾ ਮਹੱਲਾ ਹਾਂਜੀ ਸੋਨੀਆ ਦਾ ਬਿਲਕੁਲ 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 ਮਾਂ ਜੀ ਨੇ ਜਿਹੜਾ ਖੂਹ ਦੱਸਿਆ ਉਹ ਇਸ ਜਗ੍ਹਾ ਤੇ ਸੀ ਅੱਛਾ ਇਸ ਜਗ੍ਹਾ ਦੇ ਉੱਤੇ ਜਿਹੜਾ ਨਾ ਮੰਦਰ ਸੀ ਇਸ ਜਗ੍ਹਾ ਹਾਂਜੀ ਇਸ ਜਗ੍ਹਾ ਮੰਦਰ ਹੁੰਦਾ ਸੀ ਖੂਹ
ਖੂਹ ਬੰਦ ਕੀਤਾ ਮੇਰੇ ਦੋਸਤ ਨੇ ਖਾਤਾ ਭਾਈ ਵੱਡੇ ਅਸਲਾਮ ਚੋਰ ਸਾਹਿਬ ਅੱਜ ਅੱਛਾ ਤੇ ਅਸੀਂ ਹੁਣ ਜਾ ਰਹੇ ਹਾਂ ਜਿਹੜਾ ਉਹਨਾਂ ਦਾ ਪੁਰਾਣਾ ਘਰ ਸੀ ਸ਼ੇਖ ਅਨਵਰ ਸਾਹਿਬ ਦਾ ਸ਼ੇਖ ਅਨਵਰ ਸਾਹਿਬ ਦਾ ਹਾਂ ਠੀਕ ਹੈ ਮੁਹੰਮਦ ਸਰਵਰ ਦੇ ਬਿਲਕੁਲ ਬਿਲਕੁਲ ਸ਼ੇਖ ਸਰਵਰ ਸਾਹਿਬ ਅਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਪ੍ਰਣਾਮ ਦੋਸਤੋ ਮੈਂ ਤੁਹਾਡਾ ਆਪਣਾ ਮੇਲੀ ਮਿੱਤਰ ਖਾਦਮ ਸੈਨਾ ਚ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਅੱਜ ਦੋਸਤੋ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਕਲਾ ਸੋਭਾ ਸਿੰਘ ਜ਼ਿਲ੍ਹਾ ਨਾਰੋਵਾਲ ਅਤੇ ਤਹਿਸੀਲ ਵੀ ਨਾਰੋਵਾਲ 1947 ਵੇਲੇ ਜੀ ਤਹਿਸੀਲ ਪਸਰੂਰ ਸੀ ਕਾਫੀ ਪੁਰਾਣਾ ਤਾਰੀਖੀ ਇੱਕ ਹਿਸਟੋਰੀਕਲ ਟਾਊਨ ਹੈ ਜੀ ਉਸ ਵੇਲੇ ਦਾ ਇੱਕ ਪੁਰਾਣਾ ਸ਼ਹਿਰ ਇਹਨੂੰ ਤੁਸੀਂ ਕਹਿ ਸਕਦੇ ਹੋ ਮੈਂ ਇਸ ਵੇਲੇ ਮੌਜੂਦ ਜੀ ਕਲਾ ਸੋਭਾ ਸਿੰਘ ਦੇ ਵਿੱਚ ਜਿਹਦਾ ਜ਼ਿਕਰ ਮਾਂ ਜੀ ਨੇ ਕੀਤਾ ਸੀ ਕਿ ਸੋਨੀਆ ਦਾ ਮਹੱਲਾ 1947 ਤੋਂ ਪਹਿਲੇ ਇਸ ਮਹੱਲੇ ਨੂੰ ਸੋਨੀਆ ਦਾ ਮਹੱਲਾ ਕਿਹਾ ਜਾਂਦਾ ਸੀ ਬਾਅਦ ਵਿੱਚ ਇਹਨੂੰ ਮੰਦਰ ਵਾਲੀ ਗਲੀ ਜਾਂ ਮੰਦਰ ਵਾਲਾ ਮਹੱਲਾ ਵੀ ਇਹਨੂੰ ਇੱਕ ਨਾਂ ਦਿੱਤਾ ਗਿਆ ਸੋ ਇਹਦੀ ਨੁੱਕੜ ਤੇ ਬਿਲਕੁਲ ਇੱਕ ਮੰਦਰ ਵੀ ਸੀ ਅੱਗੇ ਤੁਸੀਂ ਸਾਰਾ ਕੁਝ ਦੇਖੋਗੇ ਸੋਨੀਆ ਦਾ ਮਹੱਲਾ ਜੀ ਮੈਂ ਤੁਹਾਨੂੰ ਦੱਸਦਾ ਜਾਵਾਂ ਮਾਂ ਜੀ ਨੇ ਵੀ ਜ਼ਿਕਰ ਕੀਤਾ ਸੀ ਇੱਥੇ ਜਿਹੜੇ ਬੜੇ ਖਾਂਦੇ ਪੀਂਦੇ ਲੋਕ ਸਨ ਇਸ ਮਹੱਲੇ ਦੇ ਵਿੱਚ ਜਿਨ੍ਹਾਂ ਚੋਂ ਇੱਕ ਕਲਾ ਸੋਭਾ ਸਿੰਘ ਦੀ ਜਿਹੜੀ ਇੱਕ ਬੜੀ ਵੈਲ ਸੈੱਟ ਫੈਮਿਲੀ ਪੜ੍ਹਿਆ ਲਿਖਿਆ ਘਰਾਣਾ ਸੀ ਜੀ ਬਿਸ਼ੰਬਰ ਦਾਸ ਸੋਨੀ ਅਤੇ ਅਮਰਨਾਥ ਸੋਨੀ ਉਹਨਾਂ ਦੇ ਨਾਂ ਤੋਂ ਹੀ ਇਸ ਮਹੱਲੇ ਦਾ ਨਾਂ ਮਨਸੂਬ ਹੈ ਜੀ ਸੋਨੀਆ ਦਾ ਮਹੱਲਾ ਅਤੇ ਉਹ ਵੀ ਰੇਲਵੇ ਲਾਈਨ ਦੇ ਵਿੱਚ ਇੱਕ ਵੱਡੇ ਅਫੀਸਰ ਜੀ ਅਫੀਸਰ ਸਨ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਉਹਨਾਂ ਦੀ ਆਉਣ ਵਾਲੀ ਨਸਲ ਦੇ ਵਿੱਚੋਂ ਜੀ ਸਾਨੂੰ ਟੱਚ ਕੀਤਾ ਅਮਰਨਾਥ ਸੋਨੀ ਦੇ ਗ੍ਰੈਂਡ ਸਨ ਅਵਿਨਾਸ਼ ਸੋਨੀ ਨੇ ਉਹਨਾਂ ਨੇ ਰਿਕੁਐਸਟ ਕੀਤੀ ਜੀ ਸਾਨੂੰ ਕਿ ਸਾਡੇ ਵੀ ਬਜ਼ੁਰਗਾਂ ਦਾ ਪਲੀਜ਼ ਘਰ ਬਹੁਤ ਦਿਖਾਇਆ ਜਾਏ ਸੋ ਮੈਂ ਇਸ ਵੇਲੇ ਤੁਹਾਨੂੰ ਬਿਸ਼ੰਬਰ ਦਾਸ ਸੋਨੀ ਅਤੇ ਅਮਰਨਾਥ ਸੋਨੀ ਉਹਨਾਂ ਦੇ ਘਰ ਦਾ ਵਿਊ ਦਿਖਾ ਰਿਹਾ ਵਾ ਉਸ ਵੇਲੇ ਦਾ ਜਿਹੜਾ ਬੜੀਆਂ ਕਹਿ ਲਓ ਕਿ ਇੱਕ ਬੜਾ ਵੱਡਾ ਘਰ ਸੀ ਜੀ ਇਹ ਜੀ ਇਸ ਘਰ ਦੇ ਵਿੱਚ ਬਿਸ਼ੰਬਰ ਦਾਸ ਸੋਨੀ ਅਤੇ ਅਮਰਨਾਥ ਸੋਨੀ ਰਹਿੰਦੇ ਰਹੇ ਨੇ ਅਤੇ ਇਹਦੇ ਨਾਲ ਮੈਂ ਸ਼ੁਕਰਗੁਜ਼ਾਰ ਹਾਂ ਜੀ ਸੋਨੀਆ ਦੇ ਮਹੱਲਾ ਦੇ ਹਰ ਬੰਦੇ ਦਾ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਤਾਉਨ ਕੀਤਾ ਬਿਲਖਸੂਸ ਇਹਦੇ ਵਿੱਚ ਜੀ ਖੁਰਮ ਭੱਟ ਸਾਹਿਬ ਅਸੀਂ ਇਹਨਾਂ ਦੇ ਬੇਹੱਦ ਮਸ਼ਕੂਰ ਹਾਂ ਅਤੇ ਇਹਦੇ ਨਾਲ ਨਾਲ ਮੈਂ ਮੁਹੰਮਦ ਅਕਮਲ ਸ਼ਾਕਿਰ ਸਾਹਿਬ ਦਾ ਬੇਹੱਦ ਮਸ਼ਕੂਰ ਹਾਂ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਆਪਣੀ ਜ਼ੇਰੇ ਸਰਪ੍ਰਸਤੀ ਸਾਨੂੰ ਪੰਡਿਤ ਵਧਾਵਾ ਮੱਲ ਜੀ ਦਾ ਘਰ ਦਿਖਾਇਆ ਅਤੇ ਸੋ ਜਿਹੜਾ ਅੱਜ ਕੱਲ੍ਹ ਉਹਨਾਂ ਕੋਲ ਹੀ ਉਹ ਖੁਦ ਉਹਦੇ ਵਿੱਚ ਰਹਿ ਰਹੇ ਨੇ ਅਤੇ ਬਹੁਤ ਦਾਮਨ ਕੀਤਾ ਜੀ ਸਾਡੇ ਨਾਲ ਕਲਾ ਸੋਭਾ ਸਿੰਘ ਦਿਆਂ ਲੋਕਾਂ ਨੇ ਅਤੇ ਬੜੇ ਜ਼ਿੰਦਾ ਦਿਲ ਲੋਕ ਨੇ ਅਤੇ ਇਹਦੀ ਵਜ੍ਹਾ ਵੀ ਇਹ ਹੀ ਹੈ ਜੀ ਕਿ ਅੱਜ 72 ਸਾਲ ਬਾਅਦ ਮਾਤਾ ਜੀ ਕਲਾ ਸੋਭਾ ਸਿੰਘ ਦੇ ਲੋਕਾਂ ਨੂੰ ਨਹੀਂ ਭੁਲਾ ਸਕੇ ਉੱਥੋਂ ਦੀ ਮਿੱਟੀ ਨੂੰ ਨਹੀਂ ਭੁਲਾ ਸਕੇ ਉੱਥੋਂ ਦੀ ਖੁਸ਼ਬੂ ਨੂੰ ਨਹੀਂ ਭੁਲਾ ਸਕੇ ਅਤੇ ਸੋ ਮੈਨੂੰ ਆ ਕੇ ਪਤਾ ਚੱਲਿਆ ਕਿ ਉੱਥੋਂ ਦੇ ਲੋਕ ਬੜੇ ਮੁਹੱਬਤ ਕਰਨ ਵਾਲੇ ਬੜੀ ਇੱਜ਼ਤ ਕਰਨ ਵਾਲੇ ਬੜਾ ਹੀ ਪਿਆਰ ਕਰਨ ਵਾਲੇ ਲੋਕ ਨੇ ਅਤੇ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ ਇਸ ਵੀਡੀਓ ਦੀ ਪਲੀਜ਼ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਜਿਹੜੇ ਲੋਕ ਕਲਾ ਸੋਭਾ ਸਿੰਘ ਤੋਂ ਬਿਫੋਰ 1947 ਇੱਥੋਂ ਬਿਲੋਂਗ ਕਰਦੇ ਸਨ ਅਤੇ ਆਪਣੀਆਂ ਦੁਆਵਾਂ ਵਿੱਚ ਸਾਨੂੰ ਯਾਦ ਰੱਖਿਓ ਅਤੇ ਮਜ਼ੀਦ ਕਮੈਂਟਸ ਦੇ ਰਾਹੀਂ ਸਾਨੂੰ ਦੱਸਿਆ ਜੀ ਤੁਹਾਨੂੰ ਇਹ ਸਾਡਾ ਕਲਾ ਸੋਭਾ ਸਿੰਘ ਦਾ ਵਿਜ਼ਿਟ ਕਿਸ ਤਰ੍ਹਾਂ ਦਾ ਲੱਗਾ ਬਹੁਤ ਸ਼ੁਕਰੀਆ ਜੀ ਅਸਲਾਮ ਵਾਲੇਕੁਮ ਵਾਲੇਕੁਮ ਸਾਹਿਬ ਬਾਬਾ ਜੀ ਕੀ ਹਾਲ ਹੈ ਠੀਕ ਹੈ ਜੀ ਸ਼ੁਕਰ ਹੈ ਕੀ ਨਾਂ ਜੀ ਆਪਣਾ ਮੇਰਾ ਨਾਮ ਮੁਹੰਮਦ ਅਨਵਰ ਮੁਹੰਮਦ ਅਨਵਰ ਸਾਹਿਬ ਤੇ ਤੁਹਾਡੇ ਵਾਲਾ ਸਾਹਿਬ ਦਾ ਨਾਮ ਗੁਲਾਮ ਸਰਵਰ ਗੁਲਾਮ ਸਰਵਰ ਤੇ ਬਾਬੇ ਦਾ ਨਾਂ ਕੀ ਸੀ ਜਲਾਲਦੀਨ ਤੇ ਤੁਸੀਂ ਵੀਡੀਓ ਦੇਖੀ ਜਿਹੜੀ ਥੋੜੇ ਦਿਨ ਪਹਿਲੇ ਆਪਣਾ ਮਾਤਾ ਸੰਤੋਸ਼ ਡੋਗਰਾ ਜੀ ਦੀ ਤੁਸੀਂ ਗੱਲਬਾਤ ਸਾਰੀ ਸੁਣੀ ਜਿਹਦੇ ਵਿੱਚ ਉਹਨਾਂ ਨੇ ਤੁਹਾਡੇ ਬਜ਼ੁਰਗਾਂ ਦਾ ਨਾਂ ਲਿਆ ਸਪੈਸ਼ਲੀ ਤੁਸੀਂ ਉਹਨਾਂ ਦੇ ਗੁਆਂਢ ਮਸਾਏ ਰਹਿੰਦੇ ਸੀ ਤੇ ਫਿਰ ਤੁਹਾਡੀ ਇੱਕ ਮਸ਼ੀਰਾ ਦਾ ਨਾਂ ਲਿਆ ਹਾਂਜੀ
ਆਪਣਾ ਪ੍ਰਵੀਨ ਬੀਬੀ ਜੀ ਅੱਛਾ ਅੱਛਾ ਉਹ ਫੋਤ ਹੋ ਗਏ ਠੀਕ ਹੈ ਤੇ ਆਪਣਾ ਗੁਲਾਮ ਸਰਵਰ ਸਾਹਿਬ ਕਦੋਂ ਫੋਤ ਹੋਏ ਉਹਨਾਂ ਨੂੰ ਤਕਰੀਬਨ 10-12 ਸਾਲ ਹੋ ਗਏ ਅੱਛਾ 10-12 ਸਾਲ ਉਹਨਾਂ ਨੇ ਕਦੀ ਜ਼ਿਕਰ ਕੀਤਾ ਤੁਸੀਂ ਉਹਨਾਂ ਦੇ ਮੂੰਹ ਸੁਣਿਆ ਕਿ ਸਾਡੇ ਗੁਆਂਢ ਕੌਣ ਸਾਰੀਆਂ ਗੱਲਾਂ ਉਹ ਫਲਾਣਾ ਇੱਥੇ ਹੁੰਦਾ ਸੀ ਇੱਧਰ ਮਾਸਟਰ ਹੁੰਦਾ ਸੀ ਆਹ ਹੁੰਦਾ ਸੀ ਉਹ ਦੱਸਦੇ ਸਨ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਜੀ ਉਹਨਾਂ ਨੂੰ ਦੱਸ ਪਤਾ ਜਿੰਨਾ ਬੀਬੀ ਜੀ ਦਾ ਇੰਟਰਵਿਊ ਅਪਲੋਡ ਹੋਇਆ ਉਹਨਾਂ ਦੇ ਵਾਲਾ ਸਾਹਿਬ ਦਾ ਨਾਂ ਸੀ ਪੰਡਿਤ ਵਧਾਵਾ ਮੱਲ ਸਟੇਸ਼ਨ ਮਾਸਟਰ ਉਹਨਾਂ ਨੂੰ ਸਾਡੇ ਨੂੰ ਪਤਾ ਹੁੰਦਾ ਹੈਗਾ ਅਸੀਂ ਤਾਂ ਛੋਟੇ ਹਾਂ 5-6 ਸਾਲ ਦੀ ਉਮਰ ਸੀ ਅੱਛਾ ਤੇ ਇਸ ਵੇਲੇ ਤੁਸੀਂ ਬੈਠੇ ਹੋ ਜਿੱਥੇ ਤੁਹਾਡਾ ਪੁਰਾਣਾ ਘਰ ਸੀ ਪੁਰਾਣੇ ਘਰ ਚ ਜਿੱਥੇ ਰਹਿੰਦੇ ਨੇ ਆਪਣੇ ਪਹਿਲੇ ਇਹਨਾਂ ਨੂੰ ਫਿਰ ਅਸੀਂ ਦੂਸਰੇ ਮਹੱਲੇ ਤੋਂ ਡਾਲਾਂ ਦੇ ਇਸ ਘਰ ਦੇ ਨਾਲ ਹੀ ਉਹਨਾਂ ਦਾ ਘਰ ਸੀ ਆਪਣਾ ਪੰਡਿਤ ਵਧਾਵਾ ਮੱਲ ਪੁਰਾਣਾ ਘਰ ਹਾਂਜੀ ਤੁਹਾਡਾ ਪੁਰਾਣਾ ਘਰ ਤੇ ਉਹਨਾਂ ਦਾ ਪੁਰਾਣਾ ਘਰ ਸਾਹਮਣੇ ਸੀ ਅੱਛਾ ਸਾਹਮਣੇ ਸੀ ਉਹਨਾਂ ਦਾ ਘਰ ਚਲੋ ਅਸੀਂ ਉਹ ਵੀ ਦੇਖਦੇ ਹਾਂ ਤੇ ਕੀ ਤੁਸੀਂ ਕੋਈ ਪੈਗਾਮ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਯਾਦ ਕੀਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਨਾ ਇੰਨੀ ਮਦਦ ਕਰਨ ਦੇ ਬਾਅਦ ਵੀ ਅਸੀਂ ਉਹਨਾਂ ਦੇ ਦਿਲ ਚ ਵਸਨੇ ਆ ਉਹਨਾਂ ਨੂੰ ਸਾਡੀ ਯਾਦ ਹੈ ਯਾਦ ਕੀਤਾ ਨਾ ਮਤਲਬ ਇੱਥੋਂ ਤੱਕ ਜ਼ਿਕਰ ਕੀਤਾ ਹਾਂਜੀ ਵੇਖੋ ਨਾ ਇੰਨੀਆਂ ਸਾਲਾਂ ਬਾਅਦ ਆਖਰ ਉਹਨਾਂ ਨੂੰ ਕੋਈ ਥੋੜੀ ਬਹੁਤੀ ਸਾਡੇ ਨਾਲ ਹੈ ਸੀ ਨਾ ਕੋਈ ਦਿਲਚਸਪੀ ਜਾਂ ਕੋਈ ਹਮਦਰਦੀ ਅਸੀਂ ਰਹੇ ਹਾਂ ਇੱਥੇ ਤੇ ਸਾਡੇ ਨਾਲ ਉਹਨਾਂ ਦੇ ਤਲਕਾਤ ਅੱਛੇ ਸਨ ਇਸ ਵਾਸਤੇ ਉਹਨਾਂ ਸਾਨੂੰ ਯਾਦ ਕੀਤਾ ਨਹੀਂ ਤੇ ਦੂਸਰੇ ਦਿਨ ਲੋਕੀ ਭੁੱਲ ਜਾਂਦੇ ਬਿਲਕੁਲ ਠੀਕ ਫਿਰ ਵੇਖੋ ਉਮਰ 12 ਸਾਲ 10-12 ਸਾਲ ਦੀ ਏਜ ਦੇ ਵਿੱਚ ਅਸੀਂ ਉਹਨੂੰ 5-6 ਸਾਲ ਦੇ ਸਾਂ ਠੀਕ ਆਪਣਾ ਤੁਹਾਡੀ ਵਾਲਦਾ ਸਾਹਿਬ ਦਾ ਨਾਂ ਕੀ ਹੈ ਇਕਬਾਲ ਬੇਗਮ ਤੁਸੀਂ ਸੁਣਿਆ ਉਹਨਾਂ ਨਾਲ ਜ਼ਿਕਰ ਕੀਤਾ ਕੋ ਉਹ ਕੱਪੜੇ ਮਤਲਬ ਉਸ ਵੇਲੇ ਸਾਡੇ ਘਰ ਆਣਾ ਉਸ ਵੇਲੇ ਸਿਲਾਈ ਮਸ਼ੀਨ ਵਿੱਚ ਕਿਸੇ ਕੋਲ ਬੜੀ ਅਨਮੋਲ ਚੀਜ਼ ਸੀ ਠੀਕ ਤੇ ਬਾਬਾ ਜੀ ਮੁਹੰਮਦ ਅਨਵਰ ਸਾਹਿਬ ਅਗਰ ਉਹ ਮਾਤਾ ਜੀ ਇੱਥੇ ਆਂਦੇ ਨੇ ਆਪਣਾ ਪਿੰਡ ਕਿਲਾ ਸੋਭਾ ਸਿੰਘ ਪਿੰਡ ਤੇ ਖੈਰ ਨਹੀਂ ਟਾਊਨ ਤੇ ਤੁਸੀਂ ਆਓ ਭਗਤ ਕਰੋਗੇ ਉਹਨਾਂ ਨੂੰ ਬੜੇ ਖੁਸ਼ ਹੋਵਾਂਗੇ ਅਸੀਂ ਉਹਨਾਂ ਦੀ ਜਿੰਨੀ ਕੁ ਹੋ ਸਕਦੀ ਇੱਜ਼ਤ ਕਰਾਂਗੇ ਵਾਹ ਜੀ ਵਾਹ ਤੇ ਹੁਣ ਅਸੀਂ ਜੀ ਤੁਸੀਂ ਸਾਰਾ ਮੈਸੇਜ ਸੁਣਿਆ ਉਹਨਾਂ ਦਾ ਤੁਹਾਨੂੰ ਸਾਰਾ ਪਤਾ ਲੱਗ ਗਿਆ ਉਹਨਾਂ ਦਾ ਪੁਰਾਣਾ ਘਰ ਕਿਹੜਾ ਸੀ ਫਿਰ ਬਾਅਦ ਵਿੱਚ ਜਿਹੜਾ ਨਵਾਂ ਘਰ ਕਿੱਥੇ ਬਣਾਇਆ ਸੀ ਥੋੜੀ ਦੇਰ ਤੱਕ ਅਸੀਂ ਇੱਥੇ ਜਾਣਾ ਫਿਰ ਤੁਸੀਂ ਸਾਨੂੰ ਇੱਕ ਕੁਛ ਪੁਆਇੰਟ ਦੱਸੇ ਉਹ ਆਪਣਾ ਮੰਦਰ ਖੂਹੀ ਇਸੇ ਗਲੀ ਦੇ ਵਿੱਚ ਹੈ ਨਾ ਇਸੇ ਗਲੀ ਚ ਸਾਡਾ ਕੱਬਿਆ ਦੇ ਵਿੱਚ ਜਾਂਦੇ ਉਹ ਖੂਹੀ ਸੀ ਅੱਛਾ ਉਹਦੇ ਅੱਗੇ ਆਸ ਪਾਸੇ ਮੰਦਰ ਸੀ ਉਹਦੇ ਸੱਜੇ ਪਾਸੇ ਇੱਕ ਛੋਟਾ ਜਿਹਾ ਮੰਦਰ ਸੀ ਅੱਛਾ ਉਹ ਤੁਸੀਂ ਦੇਖਿਆ ਆਪਣੇ ਹੋਸ਼ ਚ ਖੁਸ਼ ਹੋਈ ਹੁਣ ਅਸੀਂ ਦੇਖੀ ਕਿ ਉਹ ਪੂਰ ਕੀ ਪਰ ਉਸ ਵੇਲੇ ਆਇਆ ਸੀ ਅਸੀਂ ਪਾਣੀ ਕੱਢਦੇ ਰਹੇ ਵਿੱਚੋਂ ਅੱਛਾ ਆਪ ਹੀ ਦੌੜ ਲਾਉਣਾ ਠੀਕ ਹੈ ਪਾਣੀ ਦੀ ਬੜੀ ਸ਼ਾਰਟ ਸੀ ਤੇ ਫਿਰ ਬਾਅਦ ਚ ਖੂਹੀ ਹੋਈ ਸੀ ਤੇ ਇੱਕ ਖੂਹ ਦਾ ਹੋਰ ਜ਼ਿਕਰ ਕੀਤਾ ਜਿਹਨਾਂ ਕਿ ਪਾਣੀ ਬੜਾ ਠੰਡਾ ਸੀ ਮੋਣ ਵਾਲਾ ਖੂਹ ਹਾਂਜੀ ਉਹ ਅੱਗੇ ਚੌਂਕ ਅੱਛਾ ਉਹ ਇੱਧਰ ਸੀ ਹਾਂਜੀ ਉਹਨਾਂ ਨੇ ਦੱਸਿਆ ਜੀ ਉਹ ਪਾਣੀ ਅਸੀਂ ਪੀਂਦੇ ਸਾਂ ਉਹਨਾਂ ਵੀ ਜ਼ਿਆਦਾ ਯਾਦਾਸ਼ਤ ਹੈ ਕਿ ਉਹ ਸਮਝਦਾਰ ਸਨ 10-12 ਸਾਲ ਦਾ ਬੰਦਾ ਸਮਝਦਾਰ ਹੁੰਦਾ ਜੀ ਤੇ 5-6 ਸਾਲ ਦੇ ਸਾਂ ਸਾਂਦੇ ਉਹਨਾਂ ਵੀ ਨਹੀਂ ਲੱਗਾ ਇਹ ਮਾਤਾ ਜੀ ਨੇ ਤੁਹਾਨੂੰ ਨਿੱਕਿਆ ਹੁੰਦਿਆਂ ਵੇਖਿਆ ਵੀ ਜੀ 5-6 ਸਾਲ ਦੇ ਸੋ ਹਾਂਜੀ ਹਾਂਜੀ ਮਾਰਾਂ ਨੇ ਤੁਹਾਨੂੰ ਉਦੋਂ ਵੇਖਿਆ ਮਾਤਾ ਜੀ ਮੇਰੇ ਤੋਂ ਵੱਡੀ ਮਸ਼ੀਰਾ ਸੀ ਅੱਛਾ 2-3 ਸਾਲ ਵੱਡੀ ਸੀ ਜੀ ਤੇ ਅਸੀਂ ਦੋਵੇਂ ਉਦੋਂ ਭੈਣ ਭਰਾ ਠੀਕ ਤੇ ਉਹ ਤੁਸੀਂ ਵੇਖਿਆ ਖੂਹ ਚੱਲਦਾ ਆਪਣੀ ਹੋਸ਼ ਚ ਮੋਹਣ ਵਾਲਾ ਖੂਹ ਬਿਲਕੁਲ ਵੇਖਿਆ ਤੁਸੀਂ ਪਾਣੀ ਪੀਤਾ ਉਸ ਖੂਹ ਦਾ ਪਾਣੀ ਬੜੀ ਨਹੀਂ ਪੀਤਾ ਉਸ ਚੌਂਕ ਚ ਹੁੰਦਾ ਸੀ ਉਹਦੇ ਸਾਹਮਣੇ ਉਰਲੇ ਪਾਸੇ ਦੁਕਾਨ ਹੁੰਦੀ ਸੀ ਉਹਦੀ ਨੂਰੇ ਬੱਟ ਦੀ ਹਲਵਾਈਆਂ ਦੀ ਤੇ ਉੱਥੇ ਉਹੀ ਪਾਣੀ ਸ਼ਾਣੀ ਉਹੀ ਇਸਤੇਮਾਲ ਕਰਦੇ ਸਨ ਤੇ ਉੱਥੇ ਮੈਂ ਬਹਿਣਾ ਕਰਾਉਣਾ ਕਰਨਾ ਜੀ ਕਿਉਂਕਿ ਇੱਕ ਵਾਰੀ ਇੱਕ ਮਰਾਸੀ ਡੋਲ ਵਿੱਚੋਂ ਪੁਰਾਣੇ ਕੱਢਦੇ ਸਨ ਨਾ ਬਰਤਨ ਉਹਦੇ ਵਿੱਚ ਡੁੱਬ ਕੇ ਮਰ ਗਿਆ ਸੀ ਫਿਰ ਦੂਸਰੇ ਦਿਨ ਉਹਦੀ ਲਾਸ਼ ਕੱਢੀ ਮੋਹਣ ਵਾਲੇ ਖੂਹ ਚ ਹਾਂ ਉਸ ਖੂਹ ਚ ਬੜਾ ਫੁੱਲ ਗਿਆ ਦਾ ਸੀ ਤੇ ਬਾਹਰ ਰੱਖਿਆ ਭਾਂਡੇ ਕਰਦੇ ਹਨ ਪੁਰਾਣੇ ਲੋਕਾਂ ਮਤਲਬ ਉਸੇ ਦੌਰ ਦੇ ਵਿੱਚ 47 ਵੇਲੇ 47 ਤੋਂ ਬਾਅਦ ਬਵੰਜਾ 53 ਭਾਂਡੇ ਕੋਈ ਨਿਕਲਿਆ ਹੋਣਾ ਫਿਰ ਉਹ ਵੀ ਅੱਖਾਂ ਅਸੀਂ ਵੀ ਕਰ ਲੈਣੇ ਅੱਛਾ ਉਹ ਪੈਰ ਫਸ ਗਿਆ ਉਹਦਾ ਉੱਥੇ ਤੇ ਉਹ ਫਿਰ ਉੱਥੇ ਵਿਚਾਰਾ ਮਰ ਗਿਆ ਦੂਸਰੇ ਦਿਨ ਲਾਸ਼ ਕੱਢੀ ਜੀ ਫਿਰ ਉਹਨਾਂ ਨੇ ਇੱਕ ਹੋਰ ਜ਼ਿਕਰ ਕੀਤਾ ਜੀ ਵਿਸਾਖੀ ਵੀ ਲੱਗਦੀ ਸੀ ਡੇਕ ਡੇਕ ਇੱਥੋਂ ਤੁਹਾਡੇ ਤੋਂ ਕਿੰਨੀ ਦੂਰ 2-3 ਮੀਲ 2-2.5 ਮੀਲ ਪੰਜਾਬੀ ਦੇ ਇੱਕ ਕੋਹ ਹੈ ਤਕਰੀਬਨ ਪੰਜਾਬੀ ਦੇ ਲਫ਼ਜ਼ ਕੋਸ ਕੋਸ ਇੱਕ ਕੋਸ ਹੈ ਜਹਾਂ ਸੇ ਕੋਹ ਹੈ ਠੀਕ ਹੈ ਤੇ ਬਾਬਾ ਜੀ ਉਸ ਵੇਲੇ ਬਾਜ਼ਾਰ ਵੀ ਮਤਲਬ ਤੁਸੀਂ ਦੇਖੇ ਬਾਜ਼ਾਰ ਅੱਗੇ ਨਹੀਂ ਸੀ ਹੁੰਦਾ ਬਾਜ਼ਾਰ ਹੁੰਦੇ ਸਨ ਇਹਦੇ ਵਿੱਚ ਬਾਅਦ ਦੇ ਵਿੱਚ ਪੁਲ ਜਿਹੜਾ ਪੁਲ ਹੁੰਦਾ ਨਾ ਅੱਗੇ ਇਹਦੇ ਬਾਅਦ ਚ ਬਣੇ ਸਾਰੀ ਠੀਕ ਹੈ ਬਾਜ਼ਾਰ ਸੀ ਤੇ ਬਾਜ਼ਾਰ ਸੀ ਠਠਿਆਰੀ ਬਾਜ਼ਾਰ ਰਹੀ ਉਹਨਾਂ ਨੇ ਅੱਛਾ ਅੱਛਾ ਉੱਥੇ ਜ਼ਿਆਦਾ ਕੰਮ ਠਠਿਆਰਿਆਂ ਦਾ ਹੀ ਹੁੰਦਾ ਸੀ ਬਰਤਨ ਬਣਾਉਂਦੇ ਸਨ ਪਤਾ ਲੱਗਾ ਜੀ ਕਿਲੇ ਦੇ 4 ਦਰਵਾਜ਼ੇ ਸਨ 4 ਕੀ ਨਾਂ ਸਨ ਭਲਾ ਇੱਕ ਤਾਂ ਜੰਮੂ ਦਰਵਾਜ਼ਾ ਸੀ ਅੱਛਾ ਇੱਕ ਉਹ ਕਸ਼ਮੀਰੀ ਦਰਵਾਜ਼ਾ ਸੀ ਜੀ ਜਿਹੜਾ ਇੱਧਰ ਸੀ ਇੱਕ ਉੱਧਰ ਪਸੂਰੀ ਦਰਵਾਜ਼ਾ ਸੀ ਅੱਛਾ
ਇਹਨਾਂ ਤਿੰਨਾਂ ਦਾ ਚੌਥਾ ਪਤਾ ਨੀ ਕੀ ਨਾਂ ਸੀ, ਤਿੰਨ ਦਰਵਾਜ਼ਿਆਂ ਦਾ ਮੈਨੂੰ ਪਤਾ। ਜਿਸ ਗਲੀ ਦਾ ਰੁਖ ਜੰਮੂ ਵੱਲ ਨੂੰ ਓਹਦਾ ਨਾਂ ਜੰਮੂ ਰੱਖ ਦਿੱਤਾ ਦਰਵਾਜ਼ਾ, ਜਿਹਦਾ ਪਸੂਰ ਨੂੰ ਇੱਧਰ ਨੂੰ ਓਹਦਾ ਪਸੂਰੀ ਦਰਵਾਜ਼ਾ ਉੱਧਰ। ਅੱਛਾ ਅੱਛਾ, ਤੁਸੀਂ ਆਪਣੀ ਹੋਸ਼ ਚ ਵੇਖੇ ਕੀ ਟਾਈਮ ਟੇਬਲ ਸੀ ਇਹਨਾਂ ਦਾ ਦਰਵਾਜ਼ਿਆਂ ਦਾ ਬੰਦ ਹੋਣ ਦਾ, ਜਾਂ ਤੁਸੀਂ ਕੀ ਕੁਝ ਬਜ਼ੁਰਗਾਂ ਕੋਲ ਸੁਣਦੇ ਰਹੇ? ਮੈਨੂੰ ਕੋਈ ਇੰਨੀ ਨਹੀਂ ਹੋਈ। ਅੱਛਾ, ਦਰਵਾਜ਼ਿਆਂ ਦਾ ਪਤਾ ਪਿਆ, ਜੰਮੂ ਗੇਟ ਪਿਆ, ਪਸੂਰੀ ਦਰਵਾਜ਼ਾ ਤੇ ਪਿਛਲੀ ਦਰਵਾਜ਼ਾ। ਜੀ ਜੀ ਹਾਂਜੀ ਜੀ, ਠੀਕ ਹੈ ਠੀਕ ਹੈ। ਹੋਰ ਕੋਈ ਗੱਲਬਾਤ ਐਸੀ ਕੋਈ ਕਰਦੇ ਰਹੇ ਕੋਈ ਐਸਾ ਕਿੱਸਾ ਤੁਹਾਡੇ ਬਜ਼ੁਰਗ ਮੁਹੰਮਦ ਸਰਵਰ ਸਾਹਿਬ? ਉਹ ਕਰਦੇ ਰਹਿੰਦੇ ਸਨ, ਕਿ ਸਾਡੇ ਗੁਆਂਢ ਹੁੰਦਾ ਸੀ, ਸਾਡਾ ਦਾਦਾ ਕਰਦਾ ਰਹਿੰਦਾ, ਸਾਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਕਿਹੜਾ ਕਿਹੜਾ ਨਾਂ ਲੈਂਦੇ ਨੇ। ਉਹ ਆਪਣੀ ਯਾਦਾਸ਼ਤ ਕਿਸੇ ਦੇ ਬਹਿੰਦੇ ਹਨ ਤੇ ਪਹਿ ਦੱਸਦੇ ਸਨ ਫਲਾਣੇ ਦਾ ਘਰ ਸੀ ਫਲਾਣੇ ਦਾ ਘਰ। ਜੀ ਜੀ ਬਿਲਕੁਲ ਜੀ, ਐਸੇ ਗਲੀ ਦੇ ਵਿੱਚ ਇੱਕ ਬੜੇ ਵੱਡੇ ਅਫੀਸਰ ਸਨ ਰੇਲਵੇ ਲਾਈਨ ਦੇ ਵਿੱਚ, ਸ਼ੰਬਰਨਾਥ ਸੋਨੀ ਦੱਸਦੇ। ਹਾਂਜੀ, ਤੇ ਉਹਨਾਂ ਦੇ ਭਾਈ ਵੀ ਮਤਲਬ ਉਹਨਾਂ ਦਾ ਵੀ ਠੀਕ ਠਾਕ ਇੱਥੇ ਮਕਾਨ ਸੀ। ਹੋਰ ਕੋਈ ਗੱਲ? ਹੋਰ ਬਸ ਮੈਂ ਸਲਾਮ ਦਾ ਦਿੰਦਾ ਇਹਨਾਂ ਸਾਰਿਆਂ ਨੂੰ। ਅੱਛਾ, ਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਵੀ ਸਾਨੂੰ ਉਹਨਾਂ ਯਾਦ ਕੀਤਾ ਇੰਨੇ ਸਾਲਾਂ ਬਾਅਦ। ਜੇ ਉਹਨਾਂ ਨੂੰ ਮਤਲਬ ਮਹਾਰਾਜ ਦੇ ਦਿਲ ਚ ਤੁਸੀਂ ਅਜੇ ਵੀ ਵੱਸਦੇ ਹੋ? ਹਾਂਜੀ, ਤੇ ਤੂੰ ਮਹਾਰਾਜ ਤੈਨੂੰ ਯਾਦ ਰੱਖਿਆ ਤੁਹਾਡੇ ਖਾਨਦਾਨ ਸਾਰੇ ਨੂੰ? ਤੁਸੀਂ ਕਿਤੇ ਆਓ ਤੇ ਕਿਲਾ ਅਹਿਮਦਾਬਾਦ ਹੋਣੇ ਦਾ ਨਾਂ ਹੋ ਗਿਆ, ਕਿਲਾ ਸੋਭਾ ਸਿੰਘ ਬਦਲ ਗਿਆ ਦਾ। ਅੱਛਾ, ਤੇ ਉੱਥੋਂ ਕਿਸੇ ਕੋਲ ਵੀ ਪੁੱਛ ਲਓ ਕਿ ਤੇਲ ਦਾ ਕੰਮ ਕਰਦਾ ਸ਼ੇਖ ਅਨਵਰ, ਤੇ ਮੈਂ ਤੁਹਾਡਾ ਸਤਿਕਾਰ ਕਰਾਂਗਾ ਤੁਹਾਨੂੰ। ਕਿਸਾਨ ਗੱਲਾਂ ਕੀ ਕਰਨਾ, ਸਾਰਾ ਸ਼ਹਿਰ ਇਸਤੇਮਾਲ ਕਰੇਗਾ ਮਹਾਰਾਜ ਦਾ। ਜੀ ਜੀ ਬਾਬਾ ਜੀ, ਫਿਰ ਮੈਨੂੰ ਪਤਾ ਚੱਲਿਆ ਆਪਣਾ ਸਾਡੇ ਵੱਡੇ ਵੀਰ ਖੁਰਮ ਭੱਟ ਸਾਹਿਬ ਨੇ ਜ਼ਿਕਰ ਕੀਤਾ। ਹਾਂਜੀ, ਚਲੋ ਅਸੀਂ ਇਹਨਾਂ ਨਾਲ ਵੀ ਬਾਅਦ ਚ ਗੱਲਬਾਤ ਸਾਰੀ ਕਰਨੇ ਆ। ਉਹ ਵੀਡੀਓ ਸਾਰੇ ਬਾਜ਼ਾਰ ਵਿਚ ਮਤਲਬ ਸੁਣੀ ਗਈ, ਦੇਖੀ ਗਈ ਉਹਨਾਂ ਦੀ ਸਾਰੀ ਗੱਲਬਾਤ? ਠੀਕ ਹੈ। ਅੱਛਾ, ਤੁਹਾਨੂੰ ਫਿਰ ਕਿਲੇ ਦੇ ਲੋਕਾਂ ਨੇ ਕੀ ਮਤਲਬ ਉਹਨਾਂ ਦਾ ਰਿਸਪਾਂਸ ਸੀ ਤੁਹਾਨੂੰ ਪੁੱਛਣਾ? ਕਿਹਨੇ ਪੁੱਛਿਆ ਪਹਿਲਾਂ? ਫਾਜ਼ਲ ਡਾਰ ਨੇ ਪੁੱਛਿਆ, ਸਾਡੇ ਮਸਾਏ ਨੇ। ਅੱਛਾ, ਯਾਰ ਉਹ ਇੱਕ ਤੁਹਾਡਾ ਨਾਂ ਲੈਂਦੇ ਸਨ ਪਿਓ ਤੋਂ ਬੜੇ ਦਿੱਲੀ ਤੋਰ ਕੇ, ਦਿੱਲੀ ਜੀ ਹਾਂ, ਤੇ ਉਹ ਤੁਹਾਡੀ ਵਾਲਦਾ ਦਾ ਨਾਂ ਵੀ ਲੈਂਦੇ ਹਨ, ਤੁਹਾਡੇ ਵਾਲਦ ਸਾਹਿਬ ਦਾ ਵੀ, ਤੁਹਾਡੀ ਮਸ਼ੀਰਾ ਦਾ ਵੀ। ਅੱਛਾ, ਤੇ ਮੈਂ ਕਿਹਾ ਯਾਰ ਇੱਥੇ ਰਹੇ ਹੋਣੇ ਨਾ ਜੀ, ਸਾਨੂੰ ਤਾਂ ਨਹੀਂ ਉਹਨਾਂ ਦਾ ਪਤਾ। ਜੀ ਜੀ, ਫਿਰ ਇੱਕ ਹੋਰ ਬੰਦਾ ਆਇਆ, ਉਹਨੇ ਉਹ ਮੋਟਰਸਾਈਕਲ ਤੇ ਜਾਂਦਾ ਪਿਆ, ਉਹਨੇ ਮੈਨੂੰ ਖਿਲਾੜ ਕੇ ਆਖਿਆ ਲਓ ਜੇ ਜੀ ਸੁਣੋ। ਠੀਕ, ਉਹਨਾਂ ਫਿਰ ਮੈਨੂੰ ਦੱਸੀ। ਜੀ ਜੀ ਜੀ, ਅੱਛਾ, ਤੇ ਉਹਨਾਂ ਨੇ ਤੁਹਾਨੂੰ ਪੁੱਛਿਆ ਕਿ ਜੀ ਉਹ ਆਪਣਾ ਬਜ਼ੁਰਗ ਮਾਤਾ ਮਾਇਸ਼ਾਬਾਦ ਦੀ ਫੋਟੋ ਆਈ ਹੈ ਜੋ ਤੁਹਾਡਾ ਨਾਂ ਲੈਂਦੇ ਨੇ? ਅੱਛਾ ਅੱਛਾ, ਮੈਂ ਸੁਣੀ ਹੈ। ਅੱਛਾ ਠੀਕ ਹੈ ਠੀਕ ਹੈ, ਮਤਲਬ ਇੱਥੋਂ ਦੇ ਲੋਕਾਂ ਨੇ ਸਾਰਾ ਐਪਰੀਸ਼ੀਏਟ ਕੀਤਾ ਕਿ ਸਾਡੇ ਕੋਲੇ ਧਿਆਨ ਵੀ ਵੇਖੋ ਇੰਨੀਆਂ ਸਾਲਾਂ ਬਾਅਦ ਇਹਨਾਂ ਨੇ ਯਾਦ ਕੀਤਾ, ਤੇ ਸਾਰੇ ਤੁਹਾਡੀ ਤਾਰੀਫ ਹੀ ਕਰਦੇ ਹਨ ਵੀ ਅੱਛੇ ਬੰਦੇ ਨੇ ਕਿ ਅਜੇ ਤੱਕ ਯਾਦ ਰੱਖਿਆ। ਹਾਂਜੀ ਹਾਂਜੀ, ਕਿਉਂ ਜੀ ਦੇਖੋ ਜੀ, ਮਿੱਟੀ ਤੇ ਆਪਣੀ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਭਾਈ ਅਨਵਰ ਜੀ, ਆਪਣੀ ਮਿੱਟੀ ਪਿਆਰੀ, ਆਪਣੇ ਮਹੱਲੇ ਦੇ ਲੋਕਾਂ ਦਾ ਵੀ ਨਾਂ ਯਾਦ ਰੱਖੇ, ਗਲੀ ਦੇ ਲੋਕਾਂ ਦਾ ਨਾਮ ਯਾਦ ਰੱਖਿਆ, ਇਹ ਮਹਾਰਾਜ ਦੀ ਮੁਹੱਬਤ ਤੇ ਅਕੀਦਤ ਹੈ ਕਿ ਉਹਨਾਂ ਜਿਹੜੀ ਅੱਜ ਬਿਆਨ ਕੀਤੀ ਹੈ। ਹਾਂਜੀ, ਮਤਲਬ ਇੱਕ ਚੈਨਲ ਦੇ ਜ਼ਰੀਏ, ਸਾਂਝਾ ਪੰਜਾਬ ਚੈਨਲ ਦੇ ਜ਼ਰੀਏ ਇੱਕ ਉਹਨਾਂ ਬਿਆਨ ਕੀਤੀ ਹੈ, ਤੇ ਇਹ ਬੜੀ ਵੱਡੀ ਬਾਤ ਹੈ ਜੀ, ਮਹਾਰਾਜ ਦੀ ਮੁਹੱਬਤ ਤੇ ਅਕੀਦਤ ਨੂੰ ਅਸੀਂ ਸਲਾਮ ਪੇਸ਼ ਕਰਦੇ ਹਾਂ ਜੀ। ਹਾਂਜੀ, ਸਲਾਮ ਪੇਸ਼ ਕਰਦੇ, ਨਾਲੇ ਉਹਨਾਂ ਦੇ ਵੇਖੋ ਨਾ ਇੰਨੇ ਸਾਲਾਂ ਬਾਅਦ ਉਹਨਾਂ ਦੇ ਦਿਲ ਚ ਆਏ ਸੀ ਕੋਈ ਉਹਨਾਂ ਨੂੰ, ਫਿਰ ਵੀ ਚਲੋ ਉਹਨਾਂ ਦੀ ਮਿਹਰਬਾਨੀ ਜੀ। ਅੱਛਾ ਬਜ਼ੁਰਗ, ਇੱਕ ਗੱਲ ਹੋਰ ਦੱਸੋ, ਆਪਣਾ ਇਸ ਗਲੀ ਦੇ ਵਿਚ ਮੈਂ ਦੇਖ ਰਿਹਾ ਕਿ ਜ਼ਿਆਦਾਤਰ ਆਪਣਾ ਉਸੇ ਦੌਰ ਦੇ ਮਕਾਨ ਖੜੇ ਨੇ, ਉਸੇ ਦੌਰ ਇਹ ਕਹਿ ਲੋ ਕਿ ਖੁਸ਼ਕਿਸਮਤੀ ਹੈ ਕਿ ਉਹ ਮਤਲਬ ਸਾਰਾ ਗਲੀਆਂ ਛਲੀਆਂ ਉਹੀ ਨਕਸ਼ਾ ਉਹੀ ਸਾਰਾ ਉਹੀ ਨਕਸ਼ਾ, ਕੋਈ ਤਬਦੀਲੀ ਨਹੀਂ। ਤਬਦੀਲੀ ਅਗਰ ਹੋਈ ਤਾਂ ਖੂਹ ਪੂਰੇ ਗਏ ਕਰਦੇ ਨੇ ਤੌਰ ਤੇ ਲੋਕਾਂ ਨੂੰ ਮਕਾਨਾਂ ਦੀ ਫਿਰ ਸਪੋਰਟ ਜੀ ਜੀ ਜੀ। ਹੁਣ ਤਾਂ ਪਿਛਲੇ ਹੋ ਗਈ ਕਿ ਮਕਾਨ ਹੁੰਦਾ ਉਹਨਾਂ ਦਾ ਮਕਾਨ ਵੀ ਸੇਮ, ਮਕਾਨ ਵੀ ਸੇਮ, ਰਿਪੇਅਰ ਵਗੈਰਾ ਕੀਤੀ ਗਈ ਇੱਕ ਥੋੜੀ ਬਹੁਤੀ। ਮੈਂ ਪੂਰੀ ਗੱਲ ਕਰਾਂਗਾ। ਠੀਕ ਬਾਬਾ ਜੀ, ਫਿਰ ਆਪਣਾ ਚਲੀਏ ਆਪਣਾ ਮਕਾਨ ਵੇਖਣ ਉਹਨਾਂ ਦਾ। ਚਲੋ ਸਹੀ ਠੀਕ, ਤੁਹਾਡੇ ਨਾਲ ਗੱਲਬਾਤ ਅਸੀਂ ਕਰਾਉਂਦੇ ਹਾਂ ਥੋੜੀ ਦੇਰ, ਬਸ ਪੰਜ ਤੋਂ ਦਸ ਮਿੰਟ ਨਾ, ਫਿਰ ਤੁਸੀਂ ਮੇਰੇ ਵਾਲਦ ਸਾਹਿਬ ਦਾ ਨਾਮ ਵੀ ਦੱਸਿਆ ਸੀ ਗੁਲਾਮ ਸਾਹਿਬ, ਮੈਂ ਉਹਨਾਂ ਦਾ ਪੁੱਤਰ ਆ, ਤੇ ਇੱਕ ਮੇਰੀ ਮਸ਼ੀਰਾ ਸੀ ਜਿਹੜਾ ਤੁਹਾਨੂੰ ਨਾਂ ਦੱਸਿਆ ਸੀ, ਪ੍ਰਵੀਨ ਉਹਦਾ ਨਾਂ ਸੀ, ਤੇ ਉਹ ਫੌਤ ਹੋ ਗਈ ਸੀ। ਹਾਂਜੀ ਹਾਂ, ਵਾਲਦ ਸਾਹਿਬ ਵੀ ਬਹੁਤ ਹੋ ਗਏ ਨੇ, ਗੁਲਾਮ ਸਰਵਰ ਵੀ, ਮੇਰੀ ਵਾਲਦਾ ਵੀ ਇਕਬਾਲ ਬੇਗਮ ਜਿਹੜਾ ਤੁਸੀਂ ਨਾਂ ਲਿਆ ਸੀ ਉਹ ਮੇਰੀ ਵਾਲਦਾ ਸੀ, ਉਹ ਬਹੁਤ ਹੋ ਗਈ, ਉਹਨਾਂ ਨੂੰ ਕੋਈ 10-12 ਸਾਲ ਹੋ ਗਏ ਨੇ, ਤੇ ਭਾਈ ਨੇ ਹੁਣ ਛੋਟੇ ਤਿੰਨ ਹੁਸ਼ਿਆਰਪੁਰ ਹੁੰਦੇ ਨੇ,
ਬਟਾਲੇ ਸੰਧੂ ਉਹਨਾਂ ਦੀ ਸ਼ਾਦੀ ਕੀਤੀ ਸੀ, ਉਹਨਾਂ ਦੇ ਚਾਰ ਬੱਚੇ ਨੇ, ਇੱਕ ਬੱਚੀ ਹੈ, ਤੇ ਉਹ ਬੱਚੇ ਵਿਆਹ ਕੀਤੇ ਨੇ ਸਾਰੇ ਉਹਦੇ, ਆਪ ਹੀ ਫੌਤ ਹੋ ਗਈ। ਹਾਂਜੀ, ਮੈਂ ਕੱਲਾ ਹੀ ਅਨਵਰ ਹੀ ਬਚਿਆ, ਨਹੀਂ ਹੋਰ ਨਹੀਂ, ਉਹਨਾਂ ਤੇ ਨਹੀਂ ਨਾ ਜਾ, ਉਹ ਹਾਂਜੀ ਉਹਨਾਂ ਦੀ ਗੱਲ ਕਰਾ ਦਿਆਂ ਬਟਾਲੇ ਜਾ ਕੇ, ਮੇਰਾ ਪਿੰਡ ਨਾਲ ਹੀ। ਅੱਛਾ, ਹਾਂਜੀ। ਹਾਂਜੀ ਹਾਂਜੀ, ਪ੍ਰਵੀਨ ਸੀ ਮੇਰੇ ਤੋਂ ਵੱਡੀ ਸੀ। ਹਾਂਜੀ ਹਾਂਜੀ ਹਾਂਜੀ, ਇਕਬਾਲ ਸ਼ੇਰਾ ਨਾਮ। ਹਾਂਜੀ ਹਾਂਜੀ ਹਾਂਜੀ, ਜਿਆ ਜਿਆ ਠੀਕ ਹੈ ਜੀ। ਹਾਂਜੀ ਕੀ ਹਾਲ ਜੀ, ਠੀਕ ਹੋ? ਭਾਈ ਹੋਈ ਆਏ ਸਨ, ਕਹਿੰਦੇ ਸਨ ਕਿ ਇੰਨਾ ਮਕਾਨ ਆਪਣਾ ਵੇਖਣਾ ਪੁਰਾਣਾ, ਤੇ ਅਸੀਂ ਉਸ ਮਕਾਨ ਵਿਚ ਅਸੀਂ ਰਹਿ ਰਹੇ ਹਾਂ, ਤੇ ਅਸੀਂ ਹੁਣ ਤੁਹਾਨੂੰ ਆਪਣਾ ਮਕਾਨ ਜਾ ਕੇ ਨਾ ਤੇ ਵਿਖਾਉਂਦੇ ਹਾਂ। ਬਿਲਕੁਲ, ਉਸੇ ਹਾਲ ਮਕਾਨ ਮਾਸ਼ਾਅੱਲਾ ਤੁਹਾਡਾ ਠੀਕ ਠਾਕ ਹੈ ਉਸ ਹਾਲ ਚ, ਤੇ ਵਕਤ ਨਾਲ ਨਾਲ ਵਕਤ ਨਾਲ ਨਾਲ ਥੋੜਾ ਜਿਹਾ ਯਾਨੀ ਕਿ ਨਸਾ ਖਸਤਾ ਹਾਲ ਹੋਇਆ, ਲੇਕਿਨ ਮਕਾਨ ਉਸ ਤਰ੍ਹਾਂ ਹੀ ਹੈ। ਹਾਂਜੀ ਹਾਂਜੀ, ਤੇ ਹੁਣ ਚਲੋ ਉਸ ਮਕਾਨ ਵੱਲ ਜਾ ਕੇ ਨਾ ਤੁਹਾਨੂੰ ਮੈਂ ਵਿਖਾਉਂਦਾ ਵਾ, ਠੀਕ ਹੈ ਜੀ? ਆਹੋ ਹੁਣ ਅਸੀਂ ਬਟਾਲੇ ਤੋਂ ਆਏ ਨੇ ਆ, ਬਟਾਲੇ ਸਾਡੇ ਬਹੁਤ ਦਾ ਜਿਹੜੇ ਸਨ ਬਾਪ ਦਾਦੇ ਬਟਾਲੇ ਤੇ ਰਹਿਣ ਵਾਲੇ ਸਨ, ਜ਼ਿਲ੍ਹਾ ਗੁਰਦਾਸਪੁਰ ਸੀ, ਤੇ ਸਾਡੇ ਸਾਡੇ ਮਾਂ ਦਾ ਜਿਹੜਾ ਪਿੰਡ ਸੀ ਨਾ ਸੱਦਾ ਤੇ ਭੁੱਲਾ, ਇਹ ਪਿੰਡ ਸਹਿ ਗਏ ਸਨ ਸਾਡੀ ਮਾਤਾ ਦੇ, ਤੇ ਬਾਕੀ ਜਾ ਕੇ ਘਰ ਜਾ ਕੇ ਨਾ ਮਾਤਾ ਨਾਲ ਵੀ ਤੁਹਾਡੇ ਮੈਂ ਗੱਲ ਕਰਾਉਣਾ। ਹਾਂਜੀ ਨਵੇਂ ਮਕਾਨ ਚ, ਨਵਾਂ ਮਕਾਨ ਜਿਹੜਾ ਤੁਸੀਂ ਦੱਸ ਦਿੱਤੇ ਉੱਚਾ ਮਕਾਨ, ਦੋ ਮੰਡਲਾਂ ਚ ਤਿੰਨ ਮੰਡਲਾਂ ਜਿਹੜਾ ਮਕਾਨ ਹੈਗਾ ਸੀ, ਜਿਹੜਾ ਉੱਚਾ ਮਕਾਨ ਹੈਗਾ ਸੀ, ਅੱਜ ਵੀ ਉੱਚਾ ਹੈਗਾ ਪੂਰੇ ਸ਼ਹਿਰ, ਹਾਂ ਨਵੀਂ ਅੱਲਾ ਦੇ ਫਜ਼ਲ ਨਾਲ ਠੀਕ ਹੈ ਆਪਣੀ ਹਾਲਤ, ਅੱਜ ਵੀ ਉੱਚਾ ਪੂਰੇ ਕਿਲੇ ਨਾਲ। ਹਾਂ, ਤੇ ਹੁਣ ਅਸੀਂ ਉਧਰ ਚੱਲਨੇ ਤੋਂ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਕਿਹੜੀ ਸੰਨ ਲਿਖੀ ਸੀ, ਇਹ ਵੀ ਜਰਾ ਦੱਸੋ। ਤੇ ਉੱਥੇ ਜਿਹੜੀ ਸੰਨ ਦਾ ਤੁਸੀਂ ਜ਼ਿਕਰ ਕੀਤਾ ਨਾ ਮਕਾਨ ਦਾ, ਤੁਸੀਂ 1947 ਜਾਂ 40 ਕਿਹਾ, ਲੇਕਿਨ ਉਹ ਜਿਹੜਾ ਮਕਾਨ ਹੈ ਤਕਰੀਬਨ 1937 ਹੈ, 1937 ਜਾਂ 1938 ਦਾ ਘਰ ਲਿਖੀ ਹੈ। ਹਾਂ ਨਹੀਂ ਹੁਣ ਚਲੋ ਦੋ ਮਿੰਟ ਤੱਕ ਅਸੀਂ ਉਸੇ ਲਾਗੇ ਗਲੀ ਲਾ ਕੇ 5-7 ਘਰ ਛੱਡ ਕੇ ਅੱਗੇ ਘਰ ਆਉਂਦਾ, ਤੇ ਹੁਣ ਉਸ ਘਰ ਨੂੰ ਚੱਲ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ, ਠੀਕ ਹੈ ਜੀ? ਹਾਂ ਹੁਣ ਅਸੀਂ ਉੱਧਰ ਹੀ ਚੱਲੇ ਹਾਂ, ਤੇ ਚਲੋ ਤੁਹਾਨੂੰ ਉਹ ਵਿਖਾਉਂਦੇ ਹਾਂ। ਆਪਣਾ ਮੋਬਾਈਲ ਕਿੱਥੇ? ਅੱਛਾ, ਥੋੜਾ ਜਿਹਾ ਇਸ ਗਲੀ ਦੇ ਬਾਰੇ ਦੱਸ ਦਿਓ, ਇੱਥੇ ਜੀ ਇਹ ਮਤਲਬ? ਹਾਂਜੀ, ਇਹ ਗਲੀ ਹੈਗੀ ਜੀ, ਇਹ ਜਿਹੜਾ ਰਸਤਾ ਮੈਂ ਇੱਥੇ ਖੂਹ ਹੁੰਦਾ ਰਿਹਾ। ਹਾਂਜੀ, ਬੜਾ ਬੜਾ ਖੂਹ ਹੁੰਦਾ ਜੋ ਅੱਜ ਕੱਲ ਮਸਲਾ ਵਕਤ ਦੇ ਨਾਲ ਲੈਂਡਰ ਪਾ ਦਿੱਤਾ ਗਿਆ, ਪੂਰਾ ਨੀ ਗਿਆ, ਲੈਂਡਰ ਪਾ ਦਿੱਤਾ ਗਿਆ। ਇਸ ਗਲੀ ਤੋਂ ਮਸਾਉਣ ਅਸੀਂ ਆ ਰਹੇ ਹਾਂ, ਤੇ ਅੱਗੇ ਨਾ ਅੰਦਰ ਮਕਾਨ ਜਿਹੜਾ ਕਹਿ ਰਹੇ ਨੇ ਉਹ ਉਸ ਮਕਾਨ ਵੱਲ ਹੁਣ ਚੱਲਦੇ ਸੀ, ਤੇ ਇਹ ਘਰ ਸੀ ਜੀ ਉਹਨਾਂ ਦਾ ਪੁਰਾਣਾ ਮਕਾਨ ਸੀ ਜਿਹੜਾ ਫੌਜ ਜਿਹੜਾ ਕਹਿ ਰਹੇ ਨੇ ਪੁਰਾਣਾ। ਹਾਂ, ਇੱਕ ਜੀ ਇਹ ਘਰ ਮੈਂ ਦੁਬਾਰਾ ਤੁਹਾਨੂੰ ਦਿਖਾ ਰਿਹਾ, ਇਹ ਘਰ ਜੀ ਪੁਰਾਣਾ ਸ਼ੇਖ ਮੁਹੰਮਦ ਅਨਵਰ ਸਾਹਿਬ ਦਾ ਸੀ, ਤੇ ਇੱਕ ਅੱਗੇ ਘਰ ਸੀ, ਪੁਰਾਣਾ ਘਰ ਜੀ ਤੁਹਾਡਾ ਤੁਸੀਂ ਦੇਖ ਲਓ ਆਪੋਜਿਟ ਹੈ ਘਰ,
ਇਹਦੇ ਨਾਲ ਲੱਗਦਾ ਜੀ ਇਹ ਘਰ ਪੁਰਾਣਾ ਘਰ ਉਹ ਅਗਲਾ ਘਰ ਜੀ ਸ਼ੇਖ ਮੁਹੰਮਦ ਅਨਵਰ ਸਾਹਿਬ ਦੇ ਨਾਲ ਇਹ ਘਰ ਉਹਨਾਂ ਦਾ ਪੁਰਾਣਾ ਇਹ ਗਲੀ ਜੀ ਇਹ ਤੁਸੀਂ ਦੇਖ ਰਹੇ ਹੋ ਇਸ ਗਲੀ ਹੁਣ ਜਾ ਰਹੇ ਹਾਂ ਜੀ ਨਵੇਂ ਮਕਾਨ ਦੀ ਤਰਫ ਸਿਗਨਲ ਡਾਊਨ ਨਹੀਂ ਚੱਲਣਗੇ ਹੈਲੋ ਦੱਸੋ ਹੈਲੋ ਹਾਂਜੀ ਦੋਗਾ ਸਾਹਿਬ ਮਕਾਨ ਜਾ ਰਹੇ ਮਕਾਨ ਅੱਛਾ ਪੁਰਾਣ ਮਕਾਨ ਕਿਹੜੀ ਜਗ੍ਹਾ ਲਿਖੀ ਲਿਖੀ ਦੀ ਹੈ ਉਹ ਵੀ ਕੋਈ ਹਿੰਦੀ ਦੇ ਵਿੱਚ ਲਿਖਿਆ ਗਿਆ ਉਹਨਾਂ ਨੇ ਮੈਨੂੰ ਇੱਕ ਨਾ ਤਸਵੀਰ ਵੀ ਲਿਖ ਕੇ ਆਪਣਾ ਦੱਸੀ ਹਿੰਦੀ ਵਿੱਚ ਸਮੂਦਾਸ ਲਿਖਿਆ ਮੇਰਾ ਖਿਆਲ ਹੈ ਉਹੀ ਲਫ਼ਜ਼ ਲਿਖਿਆ ਜੀ ਹੈ ਦੇਖੋ ਇਹ ਵੀ ਦੱਸਿਆ ਸੀ ਉਹਨਾਂ ਨੇ ਰੈਡ ਕਲਰ ਦਾ ਪੱਥਰ ਮਤਲਬ ਰੈਡ ਕਲਰ ਰੈਡ ਕਲਰ ਪਿੱਛੇ ਇਹਦਾ ਆਪਣਾ ਚੋ ਸਾਹਿਬ ਇੱਥੇ ਹੋ ਕੇ ਦਿਖਾਓ ਦਰਵਾਜ਼ਾ ਉਹਨਾਂ ਨੂੰ ਆਪਣੇ ਵੱਲ ਇਹ ਦਰਵਾਜ਼ਾ ਤੁਸੀਂ ਪਛਾਣਦੇ ਹੋ ਦਰਵਾਜ਼ਾ ਹਾਂਜੀ ਇਹ ਥੋੜੀ ਗੌਰ ਦੱਸੋ ਮਾਤਾ ਜੀ ਉਹਨਾਂ ਦਰਵਾਜ਼ਾ ਦੇਖੋ ਉਹਨਾਂ ਤੁਸੀਂ ਲਫ਼ਜ਼ ਲਿਖਣ ਡੇ ਉਹਨਾਂ ਟਾਪ ਤੇ ਲਿਖਿਆ ਵੀ ਥੋੜਾ ਜਿਹਾ ਕਹਿ ਲਓ ਕਿ ਮੱਧਮ ਪੈ ਗਿਆ ਵੇ ਚੁਬਾਰਾ ਸੋਭਾ ਸਿੰਘ ਦੇ ਵਿੱਚ ਇਸ ਵੇਲੇ ਸਾਂਝਾ ਪੰਜਾਬੀ ਟੀਵੀ ਜੋੜ ਬੈਟਰੀ ਲੋ ਹੋ ਗਈ ਜੀ ਚਾਚੂ ਜੀ ਹਾਂ ਮੂਵੀ ਤੇ ਸ੍ਰੀ ਜਾਣੀ ਚਲੋ ਜੀ ਜੀ ਤਾਂ ਕਰੇ ਨਾ ਕਰ ਲਈ ਸਕਦੇ ਡਰਾਇੰਗ ਰੂਮ ਜਾਂ ਬੈਠਕ ਇਹ ਕਰਕੇ ਆਈਂਦਾ ਦੇ ਛੋਟਾ ਜਿਹਾ ਛੱਤੀਆਂ ਵੀ ਓਹੀ ਨੇ ਖਿੜਕੀਆਂ ਸਿਗਨਲ ਵੀ ਆ ਰਹੇ ਤਸਵੀਰ ਜਾ ਰਹੀ ਉਹਨਾਂ ਲਈ ਹਾਂਜੀ ਤਸਵੀਰ ਜਾ ਰਹੀ ਆਵਾਜ਼ ਆ ਰਹੀ ਉਹਨਾਂ ਲੋਗਾ ਸਾਹਿਬ ਪਿਕਚਰ ਆ ਰਹੀ ਜੀ ਇਹਨਾਂ ਦਾ ਕੀ ਨਾਂ ਸੀ ਹਾਂਜੀ ਖੁਦਾ ਬਖਸ਼ ਹਾਂਜੀ ਖੁਦਾ ਬਖਸ਼ ਡਿਸਟ੍ਰਿਕਟ ਗੁਰਦਾਸਪੁਰ ਤਹਿਸੀਲ ਬਟਾਲਾ ਸੀ ਜੀ ਜੀ ਦਰਵਾਜ਼ੇ ਉਹੀ ਦੌਰ ਉਸੇ ਦੌਰ ਦੀਆਂ ਹੀ ਅਕਾਸੀ ਕਰ ਰਹੀ ਹੈ ਤੁਹਾਡੇ ਕਮਰੇ ਚ ਆ ਗਿਆ ਸੀ ਇੱਧਰ ਵੀ ਛੱਤੀ ਸਾਹਮਣੇ ਬਣੀ ਹੈ ਸਰਦੀਆਂ ਵਿੱਚ ਨਾ ਉਤਸ਼ਾਹ ਬਾਲਣ ਵਾਸਤੇ ਮਤਲਬ ਕਿ ਉਸ ਵੇਲੇ ਕਿਹੜੇ ਕੋਈ ਲੀਡਰ ਸਨ ਅੱਛਾ ਪੰਡਿਤ ਵਧਾਵਾ ਮੱਲ ਜੀ ਸਟੇਸ਼ਨ ਮਾਸਟਰ ਉਹਨਾਂ ਦਾ ਘਰ ਮੈਂ ਦਿਖਾ ਰਿਹਾ ਠੀਕ ਠੀਕ ਹੈ ਜੀ ਇੱਕ ਬੈਕ ਸਾਈਡ ਤੇ ਵੀ ਦੇਖੋ ਆਪਣੇ
ਤਕਰੀਬਨ 1939 ਜਾਂ 38 ਦੇ ਵਿੱਚ ਇਸ ਘਰ ਨੂੰ ਤਮੀਰ ਕੀਤਾ ਗਿਆ। ਸੀੜੀਆਂ ਚੜ੍ਹਨ ਲਏ ਜੀ ਮਾਤਾ ਜੀ, ਮਾਤਾ ਜੀ ਸੀੜੀਆਂ ਚੜ੍ਹਨੇ ਪਏ ਜੀ ਤੁਹਾਡੇ ਘਰ ਦੀਆਂ। ਹਾਂਜੀ ਸੀੜੀਆਂ ਚੜ੍ਹਨੇ ਪਏ, ਉਹੀ ਸੀੜੀਆਂ ਨੇ ਜਿਹੜੀ ਤੁਸੀਂ ਬਣਾ ਕੇ ਗਏ ਸੋ ਜੀ, ਸੀੜੀਆਂ ਚੜ੍ਹਨੇ ਪਏ, ਦੂਸਰੀ ਮੰਦਰ ਤੋਂ ਜਾ ਰਹੇ ਜੀ ਅਸੀਂ। ਬਿਲਕੁਲ ਤੁਹਾਡੇ ਘਰ ਦੇ ਸਾਹਮਣੇ ਇੱਕ ਆਪੋਜ਼ਿਟ ਘਰ ਸੀ ਜੀ, ਇਹ ਹੁਣ ਤੁਸੀਂ ਨਿਸ਼ਾਨਦੇਹੀ ਕਰਨਾ ਕਿਹਦਾ ਘਰ ਸੀ, ਬਿਹਤਰ ਹੋ ਜਾਣ। ਇਹ ਵੀ ਪੁਰਾਣਾ ਘਰ, ਇਹ ਵੀ ਪੁਰਾਣਾ ਘਰ ਹੈ ਜੀ। ਇੱਕ ਸੀੜੀਆਂ ਦੇ ਸਾਹਮਣੇ ਕਮਰਾ, ਸੀੜੀਆਂ ਦੇ ਸਾਹਮਣੇ ਕਮਰਾ ਜੀ, ਸੀੜੀਆਂ ਦੇ ਸਾਹਮਣੇ ਜੀ ਕਮਰਾ ਜੀ, ਵੱਡਾ ਵੱਡਾ ਹਾਲ ਕਮਰਾ ਜੀ। ਉਸੇ ਵਕਤ ਦੇ ਛੱਤ ਜੀ ਤੁਹਾਡੇ ਬੜੀ ਮਜ਼ਬੂਤ ਛੱਤ ਜੀ, ਹਲੇ ਵੀ ਜਨਾਬ ਰੋਸ਼ਨਦਾਨ ਨੇ ਜੀ ਦਿਖਾ ਰਹੇ ਜੀ। ਹਾਂਜੀ ਇਹ ਛਤੀਲ ਵਗੈਰਾ ਦੀ, ਛੱਤ ਵਗੈਰਾ ਦੀ, ਇਹ ਵੱਡਾ ਕਮਰਾ ਜੀ, ਉੱਤੇ ਡਬਲ ਸਟੋਰੀ ਦੇ ਜੀ। ਅੱਛਾ, ਕੱਪੜੇ ਡੰਗਰਾਂ ਦੀਆਂ ਕਿੱਲੀਆਂ ਵੀ ਤੁਹਾਡੀਆਂ ਇਸ ਤਰ੍ਹਾਂ ਮੌਜੂਦ ਜੇ, ਕਿੱਲੀਆਂ ਵੀ ਉਹੀ ਲੱਗੇ ਉਹੀ ਜੇ, ਪਛਾਣੋ ਕੇ ਉਹੀ ਨੇ, ਉਹੀ ਨੇ ਤੇ ਹੋਰ ਹੈ ਕੋਈ। ਆ ਕੱਪੜੇ ਡੰਗਰਾਂ ਦੀਆਂ ਕਿੱਲੀਆਂ ਵੇਖੋ, ਇਹ ਉਹੀ ਨੇ ਜਿੰਨੇ ਸਾਲ ਗੁਜ਼ਰਨ ਦੇ ਬਾਵਜੂਦ ਵੱਡਾ ਸਾਲ ਬਾਅਦ ਉਸਨੇ ਕਾਇਮ ਨੇ ਜੀ। ਇਹ ਦੋ ਕਿੱਲੀਆਂ ਲੱਗੀਆਂ ਨੇ ਜੀ, ਬੜੀ ਖੁਸ਼ੀ ਹੈ। ਛੱਤ ਜਿਹੜੀ ਸੀ ਬਾਲਿਆਂ ਦੀ ਛੱਤ ਹੈਗੀ ਸੀ, ਜੰਗਲਾ ਵੱਡਾ ਹੈਗਾ, ਉਹ ਕਿਉਂਕਿ ਬਾਲਿਆਂ ਪੈਣ ਕਾਰਨ ਮਰਦੋਸ਼ ਹੋ ਗਏ, ਉਹ ਫਿਰ ਉਹ ਛੱਤ ਦਾ ਦਰਵਾਜ਼ਾ ਜੀ ਡਬਲ ਸਟੋਰੀ ਦਾ ਵੱਡੇ ਕਮਰੇ ਨਜ਼ਰ ਆ ਗਈ ਛੱਤ ਦੀ, ਇਹ ਵੀ ਦੇਖ ਲਵੋ ਤੁਸੀਂ ਜਿਸ ਕਿੱਲੀਆਂ ਦੇ ਕੱਪੜੇ ਟੰਗਦੇ ਸਨ ਉਹ ਕਿੱਲੀਆਂ ਹੀ ਤੁਸੀਂ, ਬੜੀ ਗੱਲ ਹੈ ਮੇਰੇ ਵੱਲੋਂ ਤੁਹਾਡੇ ਵਾਲਦ ਸਾਹਿਬ ਕਿਹੜੀ ਖੂਬਸੂਰਤੀ ਬਣਾਈ ਹੈ ਜੀ ਛਤੀਰ ਦੇ ਨਾਲ, ਜਬਰਦਸਤ ਕਿਸਮ ਦਾ ਕੰਮ ਹੋਇਆ ਜੀ, ਬਹੁਤ ਮਿਹਨਤ ਹੋਈ ਜੀ, ਬੜੀ ਵੱਡੀ ਕਾਰਾ ਕਰੇ ਜੀ ਅਸੀਂ, ਕਿਉਂਕਿ ਇੰਤਜ਼ਾਮ ਉਹਨਾਂ ਕੀਤਾ ਦਾ ਤਕਰੀਬਨ 20 ਬਾਈ ਦਰਵਾਜ਼ੇ ਨੇ, 20 ਬਾਈ ਦਰਵਾਜ਼ੇ ਅਲੱਗ ਹੈਗੀਆਂ ਨੇ, ਰੋਸ਼ਨਦਾਨ ਅਲੱਗ ਹੈਗੇ ਨੇ, ਸਹੀ ਪ੍ਰੋਪਰ ਸਿਸਟਮ ਨਾਲ ਹਵਾ ਦੇ ਇੰਤਜ਼ਾਮ ਵੀ ਕਰੇ ਹੋਏ ਨੇ, ਵੱਡਾ ਕਮਰਾ ਜੀ। ਦੂਸਰਾ ਕਮਰਾ ਜੀ ਆਪਣੇ ਕਮਰਾ ਜੀ, ਖਿੜਕੀਆਂ ਮੈਂ ਖਿੜਕੀ ਤੁਹਾਨੂੰ ਖੋਲ ਕੇ ਹਵਾ ਖੁੱਲ ਗਈ, ਖਿੜਕੀ ਜੀ ਦਰਵਾਜ਼ੇ ਚ ਖੁੱਲ ਗਈ ਬਾਹਰ ਗਲੀ ਦੇ ਵਿੱਚ, ਸਾਹਮਣੇ ਮਕਾਨ ਜੀ ਨਾਲ ਵੱਡਾ ਦਰਵਾਜ਼ਾ, ਵੱਡਾ ਦਰਵਾਜ਼ਾ ਵੀ ਖਿੜਕੀ ਸੀ ਜੀ ਜੀ ਜੀ, ਰੋਸ਼ਨਦਾਨ ਨੇ ਇਹ ਵੀ ਇੱਕ ਅਲਮਾਰੀ ਹੈ ਖੇਤੀ ਬਾਅਦ ਗਲੀ ਜਗ੍ਹਾ ਖੋਲ ਦੀ ਜੀ ਜੀ।
ਬੜਾ ਪ੍ਰੋਪਰ ਇੰਤਜ਼ਾਮ ਕੀਤਾ ਗਿਆ ਸੀ ਉਹਨਾਂ ਦਾ ਉਹਨਾਂ ਦੱਸਿਆ ਪਿਛਲੇ ਵਾਰ ਖੂਹ ਸੀ ਹਾਂਜੀ ਇੱਧਰ ਆ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਅੱਛਾ ਜੀ ਅੱਛਾ ਉਹ ਵੇਖਿਓ ਇੱਕ ਮਿੰਟ ਅੱਛਾ ਠੀਕ ਬੜਾ ਵੱਡਾ ਕਿਲ੍ਹਾ ਦਾ ਸਭ ਤੋਂ ਵੱਡਾ ਇੱਥੇ ਕੋਹ ਹੁੰਦਾ ਰਿਹਾ ਅੱਛਾ ਜੋ ਅੱਜ ਕੱਲ੍ਹ ਉਹ ਆਪਣਾ ਹੁਣ ਤਰ੍ਹਾਂ ਉਹਨੂੰ ਬੰਦ ਕਰ ਦਿੱਤਾ ਗਿਆ ਸਭ ਤੋਂ ਵੱਡਾ ਪੂਰੇ ਦੇਖਣ ਲੱਗਿਆ ਡਰ ਲੱਗਦਾ ਰਿਹਾ ਕਿੱਡਾ ਵੱਡਾ ਖੂਹ ਹੁੰਦਾ ਰਿਹਾ ਇੱਥੇ ਹਾਂਜੀ ਉਹਨਾਂ ਨੇ ਜ਼ਿਕਰ ਕੀਤਾ ਕਿ ਆਪਣਾ ਬੈਕ ਸਾਈਡ ਹਾਂਜੀ ਬੈਕ ਸਾਈਡ ਹੈਗੀ ਜੀ ਜੀ ਤੇ ਬਿਲਕੁਲ ਇਹ ਬੜਾ ਵੱਡਾ ਖੂਹ ਹੁੰਦਾ ਰਿਹਾ ਸਾਨੂੰ ਵੇਖਣ ਲੱਗਿਆ ਡਰ ਲੱਗਦਾ ਰਿਹਾ ਅੱਛਾ ਅੱਛਾ ਜੀ ਠੀਕ 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 ਮੰਜ਼ਿਲ ਲੈ ਕੇ ਜਾ ਰਹੇ ਹਾਂ ਜੀ ਉਸ ਵਕਤ ਦਾ ਦਰਵਾਜ਼ਾ ਤੀਸਰੀ ਮੰਜ਼ਿਲ ਤੇ ਜਾ ਰਹੇ ਅੱਜ ਵੀ ਸਾਰਿਆਂ ਨਾਲੋਂ ਉੱਚਾ ਜਾ ਰਿਹਾ ਜੀ ਸਿੰਘ ਜੀ ਸਭ ਨੂੰ ਵਗੈਰਾ ਦੱਸ ਦਿਆ ਐਮਰਜੈਂਸੀ ਦੇ ਇਸਤੇਮਾਲ ਚ ਨਹੀਂ ਹੋ ਰਿਹਾ ਠੀਕ ਠੀਕ ਤੀਸਰੀ ਮੰਜ਼ਿਲ ਤੇ ਜਾ ਰਹੇ ਜੀ ਉਹਨਾਂ ਕਿਹਾ ਟਾਇਲਟ ਭਾਈ ਡੋਗਰਾ ਸਾਹਿਬ ਨੇ ਦੱਸਿਆ ਸੀ ਡੋਗਰਾ ਸਾਹਿਬ ਜਿਹੜਾ ਟਾਇਲਟ ਦੱਸਿਆ ਸੀ ਮਾਲ ਦੱਸਿਆ ਇਹ ਟਾਇਲਟ ਹੈ ਜੀ ਛੋਟਾ ਜਿਹਾ ਹਾਂਜੀ ਵਾਸ਼ਰੂਮ ਹੈ ਜੀ ਵਾਸ਼ਰੂਮ ਇਹ ਲਾਲ ਕਮਰਾ ਜੀ ਅੱਛਾ ਜੀ ਠੀਕ ਅੱਜ ਵੀ ਸਭ ਨੂੰ ਉਚਾਈ ਦੇ ਮਕਾਨ ਨੇ ਜੀ ਇਹ ਜੀ ਸਭ ਤੋਂ ਟਾਪ ਤੇ ਜਿਹੜਾ ਨਾਮ ਬਣਾਇਆ ਸੀ ਆਪਣਾ ਜਿਵੇਂ ਡੋਗਰਾ ਸਾਹਿਬ ਇੱਕ ਗੱਲ ਮਸ਼ਹੂਰ ਹੈ ਜੀ ਉੱਚੇ ਬੁਰਜ ਲਾਹੌਰ ਦੇ ਇਸੇ ਤਰ੍ਹਾਂ ਹੀ ਉੱਚਾ ਮਕਾਨ ਤੁਹਾਡਾ ਕਿਲੇ ਚ ਜੀ ਡੋਗਰਾ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਐਮਰਜੈਂਸੀ ਦੀ ਸੂਰਤ ਦੇ ਵਿੱਚ ਅਸੀਂ ਉਹ ਆਪਣਾ ਯੂਜ ਕਰ ਲੈਂਦੇ ਉਹਦਾ ਵੀ ਤੁਹਾਨੂੰ ਵੀ ਦਿਖਾ ਰਹੇ ਹਾਂ ਜੀ ਇਹ ਮੈਂ ਇਸ ਵੇਲੇ ਪੰਡਿਤ ਵਧਾਵਾ ਮੱਲ ਜੀ ਦਾ ਮਕਾਨ ਸੀ ਜਿਹੜਾ ਉਹਦਾ ਵਿਊ ਦਿਖਾ ਰਿਹਾ ਤੁਹਾਨੂੰ ਸਾਰਾ ਕਿਲ੍ਹਾ ਸਾਰੇ ਇਹਨਾਂ ਚੜ ਜੀ ਉਹ ਮਕਾਨ ਪੁਰਾਣਾ ਨਾ ਕਿਉਂ ਜੀ ਮੈਂ ਸਹੀ ਕਿਹਾ ਹਿਲਦਾ ਜਿਹੜੀ ਬਿਲਡਿੰਗ ਉਸ ਵਕਤ ਦਾ ਹਸਪਤਾਲ ਹੁੰਦਾ ਰਿਹਾ ਸਾਹਮਣੇ ਅੱਛਾ ਸਕੂਲ ਨੰਬਰ 2 ਸਰਕਾਰੀ ਡਿਸਪੈਂਸਰੀ ਡਿਸਪੈਂਸਰੀ ਸਰਕਾਰੀ ਬਿਲਕੁਲ ਸਰਕਾਰੀ ਸੀ ਹਾਸਪਿਟਲ ਕੱਲ ਡਿਸਪੈਂਸਰੀ ਉਸ ਵਕਤ ਹਾਸਪਿਟਲ ਸੀ ਉਸ ਨਾਲ ਉਸ ਤੋਂ ਬਾਅਦ ਪਲੱਸ ਇਹਦੇ ਨਾਲ ਇਹ ਜਿਹੜਾ ਬੋਰਡਿੰਗ ਹਾਊਸ ਉਹ ਜੇਲ ਖਾਨਾ ਹੁੰਦਾ ਰਿਹਾ ਅੱਛਾ ਉਹ ਜੇਲ ਖਾਨਾ ਖਾਲੀ ਖਾਲੀ ਜਿਹੜਾ ਬਾਉਂਡਰੀ ਹੋਈ ਗਈ ਉਹ ਜੇਲ ਹੁੰਦੀ ਰਹੀ ਹੈ ਠੀਕ ਉਸ ਤੋਂ ਬਾਅਦ ਇੱਧਰ ਜਿਹੜਾ ਸਾਰਾ ਬੜੋ ਪੰਜਾਬ ਤੇ ਬੜੋ ਪੰਜਾਬ ਲਿਖਿਆ ਹੋਇਆ ਹਾਂਜੀ ਇਹ ਜਨਾਬ ਜੀ ਕਲਾ ਦੀ ਇਮਾਰਤ ਹੈ ਅੱਛਾ ਇਹ ਥਾਣਾ ਹੁੰਦਾ ਰਿਹਾ ਅੱਛਾ ਹਾਂਜੀ ਉਹ ਜੇਲ ਹੁੰਦੀ ਰਹੀ ਇਹ ਥਾਣਾ ਹੁੰਦਾ ਰਿਹਾ ਠੀਕ ਤੇ ਨਾਲ ਗਰਾਊਂਡ ਜਿਹੜੇ ਗਾਉਂਦਾ ਹਵਾਲਾ ਦਿੰਦੇ ਨੇ ਖਾਲੀ ਜਗ੍ਹਾ ਹਾਂਜੀ ਇੱਥੇ ਗਰਾਊਂਡ ਹੁੰਦੇ ਗਰਾਊਂਡ ਦੇ ਵਿੱਚ ਇੱਥੇ ਵੀ ਖੂਹ ਹੁੰਦਾ ਰਿਹਾ ਅੱਛਾ ਇੱਥੇ ਵੀ ਖੂਹ ਹੁੰਦਾ ਰਿਹਾ ਲੇਕਿਨ ਉਹ ਮਸਲਾ ਪੂਰਿਆ ਜਾਂਦਾ ਉਹ ਸਾਹਮਣੇ ਦਾ ਕਾਰਖਾਨਾ ਨਜ਼ਰ ਆ ਰਿਹਾ ਨਾਲ ਹੀ ਜੀ ਨਾਲਾ ਡੇਕੇ ਜੀ ਨਾਲਾ ਡੇਕ ਹਾਂ ਬਿਲਕੁਲ ਹਾਂਜੀ ਹਾਂਜੀ ਇਸ ਹੱਥ ਜੀ ਨਾਲਾ ਡੇਕ ਸੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਹਾਂਜੀ ਨਾਲਾ ਡੇ ਤਕਰੀਬਨ ਸਟੇਟ ਦੇਖੀਏ ਤਕਰੀਬਨ 2 ਕਿਲੋਮੀਟਰ ਬੰਦ ਹੈ ਪੁਰਾਣਾ ਇੱਕ ਕੋਹ ਨਾਲਾ ਡੇਕ ਆ ਜਾਂਦਾ ਪੰਜਾਬੀ ਦਾ ਕੋਹ ਜਿਵੇਂ ਹਾਂਜੀ ਕੋਹ ਤੁਸੀਂ ਜਿਵੇਂ ਕਹਿ ਸਕਦੇ ਹੋ ਹਾਂਜੀ ਜਿੱਧਰ ਵੀ ਤੁਸੀਂ ਨਜ਼ਰ ਘੁਮਾ ਲੋ ਜੀ ਸਭ ਤੁਹਾਨੂੰ ਪੁਰਾਣੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਨੇ ਪੁਰਾਣੇ ਘਰ ਨਜ਼ਰ ਆ ਰਹੇ ਨੇ ਉਸੇ ਦੌਰ ਦੀ ਤੇ ਇਹ ਤੁਹਾਡੇ ਸਾਹਮਣੇ ਜੀ ਸਭ ਤੋਂ ਟਾਪ ਤੇ ਤੁਸੀਂ ਕਹਿ ਲੋ ਉਸ ਦੌਰ ਦੀ ਬੜੀ ਖੂਬਸੂਰਤ ਇਮਾਰਤ ਬੜਾ ਖੂਬਸੂਰਤ ਘਰ ਤੇ ਇੱਕ ਇਹ ਘਰ ਹੈ ਜੀ ਇਹ ਪੁਰਾਣਾ ਪੁਰਾਣਾ ਘਰ ਮਤਲਬ ਦਾਏ ਬਾਏ ਸੱਜੇ ਖੱਬੇ ਸਾਰੇ ਪੁਰਾਣੇ ਘਰ ਨੇ ਉਹ ਦੇਖੋ ਸਭ ਤੋਂ ਉਧਰ
ਜ਼ਿਲ੍ਹਾ ਸੋਭਾ ਸਿੰਘ ਸਲਾਮਪੁਰਾ ਨਾਮ ਹੈ ਜੀ। ਇਹ ਸਾਹਮਣੇ ਕਿਹੜਾ ਪਿੰਡ ਸਾਹਮਣੇ ਪਿੰਡ ਨਜ਼ਰ ਆ ਰਿਹਾ ਬਨੋਲਪੁਰ ਹੈ ਜੀ। ਅੱਛਾ ਬੜੀ ਖੂਬਸੂਰਤ ਬਣਾਈ ਉਹਨਾਂ ਨੇ, ਉਹਦੇ ਵਿੱਚ ਜ਼ਿਕਰ ਕੀਤਾ ਕਿ ਲੋਕਲ ਸਰਵੇ ਦੇ ਮੁਤਾਬਕ 30,000 ਦੇ ਕੋਲ ਆਬਾਦੀ ਕਿਲ੍ਹਾ ਬਿਲਕੁਲ ਸੋਭਾ ਸਿੰਘ ਜਿਹਦਾ ਨਵਾਂ ਨਾਂ ਕਿਲ੍ਹਾ ਅਹਿਮਦਾਬਾਦ ਜਲੂਸ ਘੋੜਾ ਨਿਕਲਦਾ ਰਿਹਾ। ਜਿਵੇਂ ਸਾਡੇ ਸਿੱਖ ਧਰਮ ਦੇ ਲੋਕ ਬੋਲਦੇ ਨਾਨਕ ਨਾਮ ਚੜ੍ਹਦੀ ਕਲਾ ਦਾ, ਉਸੇ ਹੀ ਲਫ਼ਜ਼ ਕਲਾ ਕਿਲ੍ਹਾ ਨੀ ਹੈਗਾ ਕਲਾ। ਅੱਛਾ ਜੀ, ਤੁਸੀਂ ਆਪਣਾ ਬਾਦ ਸਾਹਿਬ ਦੱਸ ਮਰਕਜ਼ੀ ਮਸਜਿਦ ਪੁਰਾਣੀ ਮਸਜਿਦ ਜਿਹੜੀ ਪੁਰਾਣੀ ਮਸਜਿਦ ਸਭ ਤੋਂ ਪਹਿਲੀ ਮਰਕਜ਼ੀ ਮਸਜਿਦ ਇਹ ਹੁੰਦੀ ਰਹੀ ਹੈ ਜੀ 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 ਠੀਕ ਠੀਕ। ਅੱਗੇ ਸਾਹਮਣੇ ਪਿੰਡ ਫੱਤਾ ਫੱਤਾ ਗੁਜਰਾ। ਅੱਛਾ, ਤੇ ਇੱਧਰ ਪਿੰਡ ਕਾਲੋ ਵਾਲੀ ਸਿੱਧਾ ਜੀ ਚਾਰ ਚੁਫੇਰਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਲਾ ਸੋਭਾ ਸਿੰਘ। ਇੱਧਰ ਆ ਕੇ ਟ੍ਰੇਨ ਦਾ ਦਿਖਾਓ ਪੁੱਲ ਵੀ ਰੇਲਵੇ ਟ੍ਰੇਨ ਦਾ ਪੁੱਲ ਹੈਗਾ ਲਾਈਨ ਹੈਗੀ, ਜ਼ੂਮ ਕੱਢ ਕੇ ਦਿਖਾਓ ਜੀ 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 ਬਿਲਕੁਲ ਜੀ ਬਿਲਕੁਲ ਠੀਕ ਹੋ। ਕੋਲੇ ਚ ਟ੍ਰੇਨ ਉੱਥੇ ਜਾਂਦੀ ਜਾਂਦੀ ਗੁਜ਼ਰਦੀ ਹੈ ਸਟੇਸ਼ਨ ਸਟੇਸ਼ਨ ਦੇ ਨਾਲ ਸਟੇਸ਼ਨ ਨਾਲ ਅਗਲੇ ਪਾਸੇ ਇੱਥੋਂ 1 ਕਿਲੋਮੀਟਰ ਦਾ ਪਾਇਆ ਪੁੱਲ ਦਾ ਤਾਂ ਸਟੇਸ਼ਨ 1 ਕਿਲੋਮੀਟਰ ਦਾ ਪਾਇਆ ਹੈਗਾ। ਠੀਕ ਹੈ ਜੀ ਠੀਕ ਠੀਕ ਬਹੁਤ ਵਧੀਆ ਜੀ ਬਹੁਤ ਵਧੀਆ। ਅੱਛਾ ਆਪਣਾ ਚਾਚੂ ਜੀ ਆਪਣਾ ਨਾਂ ਦੱਸੋ। ਮੁਹੰਮਦ ਅਕਮਲ ਸ਼ਾਕਰ। ਮੁਹੰਮਦ ਅਕਮਲ ਸ਼ਾਕਰ ਤੁਹਾਡੇ ਵਾਲ ਸਾਹਿਬ ਦਾ ਨਾਂ? ਮੀਆਂ ਮੁਹੰਮਦ ਇਸਮਾਇਲ। ਮੀਆਂ ਮੁਹੰਮਦ ਇਸਮਾਇਲ ਸਾਹਿਬ ਤੇ ਬਾਬਾ ਜਾਨ ਦਾ ਨਾਂ ਕੀ ਸੀ? ਮੀਆਂ ਹਜ ਖੁਦਾ ਬਖਸ਼। ਮੀਆਂ ਹਜ ਖੁਦਾ ਬਖਸ਼ ਥੋੜੀ ਦੇਰ ਪਹਿਲੇ ਸੀ ਤੁਹਾਡੇ ਕੋਲ ਪੁੱਛਿਆ ਤੁਹਾਡੇ ਬਜ਼ੁਰਗਾਂ ਦਾ ਜਿਹੜਾ ਪਿਛਲਾ ਸੀ ਮਾਈਗ੍ਰੇਟ ਤੋਂ ਕਰਕੇ ਆਏ ਤੁਸੀਂ ਦੱਸਿਆ ਡਿਸਟ੍ਰਿਕਟ ਗੁਰਦਾਸਪੁਰ ਸੀਨ ਬਟਾਲਾ ਜੀ, ਤੇ ਪਿੰਡ ਦਾ ਨਾਂ ਕੀ ਦੱਸਿਆ ਜੀ? ਪਿੰਡ ਦਾ ਨਾਂ ਜੀ ਸਾਡੀ ਵਾਲਦਾ ਦੱਸ ਰਹੇ ਕਿ ਪੁੱਲਾ ਤੇ ਸੱਦਾ। ਪੁੱਲਾ ਤੇ ਸੱਦਾ, ਚਲੋ ਜੀ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਉਸ ਪਿੰਡ ਤੱਕ ਵੀ ਪਹੁੰਚ ਕਰੀਏ, ਆਪਣੇ ਉੱਥੇ ਕਿਸੇ ਮਿੱਤਰ ਦੀ ਡਿਊਟੀ ਲਾਈਏ। ਤੇ ਸਭ ਤੋਂ ਪਹਿਲੇ ਜੀ ਸੰਧੂ ਬਰਾਦਰੀ ਨਾਲ ਲੱਗਣਾ, ਸੰਧੂ ਜੱਟ ਆਏ ਆ ਬੜੀ ਗੱਲ ਬੜੀ, ਤੇ ਮਹੱਲਾ ਵੀ ਸੰਧੂ ਮਾ ਉਸੇ ਨਾਮ ਦਾ ਮਸਲ। ਹਾਲਾਂਕਿ ਪੁਰਾਣਾ ਨਾਂ ਇਹਦਾ ਸੀ ਸੋਨੀਆ ਦਾ ਮਹੱਲਾ, ਮੰਦਰ ਵਾਲੀ ਗਲੀ ਹੁੰਦੀ ਰਹੀ ਹੈ। ਅੱਛਾ, ਮੰਦਰ ਵਾਲੀ ਗਲੀ ਕਹਿੰਦੇ ਰਹੇ। ਠੀਕ ਹੋ ਠੀਕ ਹੋ। ਤੇ ਅਸੀਂ ਤੁਹਾਡੇ ਜੀ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਸੀਂ ਮਤਲਬ ਕਿ ਨਾਲ ਹੋ ਕੇ ਇੱਕ ਇੱਕ ਚੀਜ਼ ਸਾਨੂੰ ਇਸ ਮਕਾਨ ਦੀ ਦਿਖਾਈ, ਤੁਹਾਡੀ ਮਿਹਰਬਾਨੀ ਜੀ ਕਿ ਤੁਹਾਡੀ ਮੁਹੱਬਤ ਹੈ ਕਿ ਤੁਸੀਂ ਇੱਥੇ ਤੱਕ ਪਹੁੰਚੇ। ਅੱਛਾ ਜੋ ਸਾਹਿਬ ਤੁਹਾਡੇ ਬਜ਼ੁਰਗ ਜਦ ਉਧਰੋਂ ਆਏ ਨੇ ਜੀ ਚਾਚੂ ਜੀ, ਤੇ ਮਤਲਬ ਉਹਨਾਂ ਨੇ ਇਹ ਮਕਾਨ ਅਲਾਟ ਹੋਇਆ ਕਿ ਜਾਂ ਤੁਸੀਂ ਇਹਨਾਂ ਨੂੰ ਇਸ ਮਕਾਨ ਨੂੰ ਮੋਰੇ ਲਿਆ, ਤੁਸੀਂ ਦੱਸਿਆ ਸਾਨੂੰ? ਸਾਡੇ ਜਦੋਂ ਅਬਾਜ ਦਾਦ ਆਏ ਨੇ ਨਾ, ਜਦੋਂ ਮਾਈਗ੍ਰੇਟ ਹੋਈ ਹੈ, ਸਾਡੇ ਦਸ ਜਣਾ ਕਿਉਂਕਿ ਬਿਜ਼ਨਸ ਮੈਂ ਸਨ। ਅੱਛਾ ਜੀ, ਤੇ ਚਮੜੇ ਦਾ ਕਾਰੋਬਾਰ ਕਰਦੇ ਰਹੇ ਜੀ ਜੀ, ਤੇ ਉਸੇ ਬਿਜ਼ਨਸ ਦੇ ਸਿਲਸਿਲੇ ਵਿੱਚ ਲਾਹੌਰ ਆਏ ਦੇ ਸਾਨੂੰ ਮਾਲ ਖਰੀਦੋ ਫਰਾਂ ਦੇ ਸਿਲਸਿਲੇ ਦਾ। ਅੱਛਾ, ਉਧਰੋਂ ਮਾਈਗ੍ਰੇਟ ਹੋ ਗਿਆ, ਲਾਨ ਹੋ ਗਿਆ ਹਿੰਦੂ ਪਾਕਿਸਤਾਨ ਦੀ ਤਕਸੀਮ ਦਾ ਜੀ। ਸਾਡੇ ਦਾਦਾ ਜਾਨ ਇੱਧਰ ਹੀ ਰਹਿ ਗਏ, ਤੇ ਸਾਡੇ ਜਿਹੜਾ ਬਹੁਦਾਸ ਸਾਡੇ ਜਿਹੜੇ ਰਿਸ਼ਤੇਦਾਰ ਸਨ ਉਹ ਇੰਡੀਆ ਚ ਹੀ ਸਨ। ਅੱਛਾ, ਉਸ ਤੋਂ ਬਾਅਦ ਫਿਰ ਤਕਰੀਬਨ ਜਦੋਂ ਸਾਡੇ ਸਾਰੇ ਰਿਸ਼ਤੇਦਾਰ ਆਏ ਨੇ ਇੱਧਰ, ਤੇ ਤਕਰੀਬਨ 3 ਮਹੀਨੇ ਬਾਅਦ ਸਾਡੇ ਦਾਦੇ ਦੇ ਨਾਲ ਆਪਸ ਮਿਲ ਗਏ ਨੇ। ਸਾਡੇ ਬਜ਼ੁਰਗ ਪਹਿਲੇ ਗਏ ਨੇ ਲਾਲੀਆਂ ਗਏ ਨੇ ਜੀ, ਲਾਲੀਆਂ ਤੋਂ ਬਾਅਦ ਫਿਰ ਇੱਥੇ ਇੱਕ ਪਿੰਡ ਕੋਟਲੀ ਅਭਿਆਸਾ ਤੋਂ ਪਿੰਡ ਹੈਗਾ, ਮੈਨੂੰ ਸਿਰ ਇਤਿਹਾਸ ਨਹੀਂ ਆ ਰਿਹਾ, ਫਿਰ ਉੱਥੇ ਗਏ ਨੇ। ਉਸ ਤੋਂ ਬਾਅਦ ਫਿਰ ਗਏ ਨੇ ਆਪਣਾ ਸਰਗੋਧੇ, ਸਰਗੋਧੇ ਸਾਨੂੰ ਜਗ੍ਹਾ ਮਿਲੀ ਸੀ ਆਪਣਾ ਅਫਸਰ ਤੌਰ ਤੇ ਗੌਰਮੈਂਟ ਨੇ। ਉਸ ਤੋਂ ਬਾਅਦ ਸਾਡੇ ਬਹੁਤ ਕਦੇ ਕਿਤੇ ਕਿਤੇ ਆਖਿਰਕਾਰ ਇੱਥੇ ਕਲਾ ਅਹਿਮਦਾਬਾਦ ਕਲਾ ਸੋਭਾ ਸਿੰਘ ਚ ਆਏ ਨੇ। ਇਹ ਜਿਹੜੀ ਬਿਲਡਿੰਗ ਸਾਡੇ ਦਾਦਾ ਜਾਨੇ ਨਾਲ ਖਰੀਦੀ ਹੈ, ਤਕਰੀਬਨ ਹੋ ਸਕਦਾ ਇੰਨਾ ਕੁ ਜੀ ਜੀ।
ਲੇਕਿਨ ਉਦੋਂ ਜਿਹੜਾ ਮਕਾਨ ਵੀ ਬਿਲਕੁਲ ਨਵਾਂ ਹੈਗਾ ਸੀ ਜਦੋਂ ਦੀ ਹਾਲਤ ਠੀਕ ਹੈਗੀ ਸੀ ਹੁਣ ਚੁੱਕੇ ਵਕਤ ਦੇ ਨਾਲ ਨਾਲ ਉਹ ਬਿਲਕੁਲ ਜੀ ਥੋੜਾ ਜਿਹਾ ਮਖਦੂਸ਼ ਹੋ ਗਿਆ ਹਾਂਜੀ ਤੇ ਅਸੀਂ ਫਿਰ ਜੀ ਦੁਬਾਰਾ ਤੋਂ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਨੇ ਤੁਹਾਡਾ ਦਾ ਅਸੀਂ ਕਰਦਾ ਹਾਂ ਜਨਾਬ ਤੁਸੀਂ ਬਹੁਤ ਵੱਡਾ ਕੰਮ ਕੀਤਾ ਵੇ ਅੱਲਾਹ ਪਾਕ ਤੁਹਾਨੂੰ ਇਜਾਜ਼ਤ ਦੇਵੇਗਾ ਤੇ ਇਹਦੇ ਨਾਲ ਨਾਲ ਤੁਸੀਂ ਲਾਈਵ ਗੱਲਬਾਤ ਵੀ ਕੀਤੀ ਆਪਣਾ ਮਾਂ ਜੀ ਦੇ ਨਾਲ ਸੰਤੋਸ਼ ਡੋਗਰਾ ਜੀ ਉਹਨਾਂ ਦੇ ਵਾਲਦ ਸਾਹਿਬ ਦਾ ਨਾਮ ਪੰਡਿਤ ਵਧਾ ਅਮਲ ਸੀ ਸਟੇਸ਼ਨ ਮਾਸਟਰ ਰਿਟਾਇਰਡ ਸਟੇਸ਼ਨ ਮਾਸਟਰ ਸਨ ਉਹਨਾਂ ਦੇ ਘਰ ਸੀ ਆ ਉਹ ਆਉਂਦੇ ਨੇ ਜੀ ਆਪਣਾ ਕਿਲਾ ਕਲਾ ਵੇਖਣ ਸੋਭਾ ਸਿੰਘ ਜਿਹਦਾ ਅੱਜ ਕੱਲ ਨਵਾਂ ਨਾਂ ਕਿਲਾ ਅਹਿਮਦਾਬਾਦ ਤੁਸੀਂ ਮਤਲਬ ਉਹਨਾਂ ਨੂੰ ਆਓ ਭਗਤ ਕਰੋ ਅਸੀਂ ਜਨਾਬ ਜੀ ਉਹਨਾਂ ਵੈਲਕਮ ਕਰਨੇ ਆ ਜੀ ਆਓ ਜਿਸ ਟਾਈਮ ਮਰਜ਼ੀ ਆਓ ਜੀ ਤੇ ਅਸੀਂ ਉਹਨਾਂ ਦੀ ਜੀ ਆਇਆਂ ਨੂੰ ਕਰਾਂਗੇ ਜੀ ਤੇ ਉਹਨਾਂ ਦਾ ਘਰ ਬਿਲਕੁਲ ਉਸੇ ਹਾਲਤ ਦੇ ਵਿੱਚ ਉਸੇ ਹਾਲਤ ਜੀ ਸਿਰਫ ਜੰਗਲੇ ਥੋੜੇ ਜਿਹੇ ਆਪਣਾ ਤਬਦੀਲ ਕੀਤੇ ਗਏ ਨੇ ਉਹ ਵੀ ਕਿਉਂਕਿ ਆਉਣਾ ਜਾਣਾ ਗੁਜ਼ਰਨਾ ਤੇ ਖਤਰਾ ਦੀ ਪੇਸ਼ ਨਜ਼ਰ ਸਿਰਫ ਜੰਗਲੇ ਤੇ ਬਦਲੇ ਗਏ ਨੇ ਬਾਕੀ ਸੇਮ ਉਸੇ ਦਿਨ ਹਾਲਾਂ ਦੀ ਹਾਲਤ ਹੈ ਜੀ 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 ਬੜੀ ਗੱਲ ਹੈ ਬੜੀ ਗੱਲ ਬਹੁਤ ਸ਼ੁਕਰੀਆ ਜੀ ਵੈਲਕਮ ਤੁਸੀਂ ਇੱਕ ਹੋਰ ਗੱਲ ਕੀਤੀ ਗਲੀਆਂ ਦਾ ਗਲੀਆਂ ਉੱਚੀਆਂ ਗਲੀਆਂ ਉੱਚੀਆਂ ਹੋ ਗਿਆ ਨੇ ਪਹਿਲੇ ਤਕਰੀਬਨ ਮੇਰੇ ਖਿਆਲ ਚ ਦੋ ਤਿੰਨ ਦਿਨ ਫੋਟੋ ਚਾਹੀਦੀਆਂ ਨੇ ਗੱਡੀਆਂ ਚੱਲਿਆ ਨੀਵੀਆਂ ਹੋ ਗਿਆ ਨੇ ਉੱਤੋਂ ਲਾ ਕੇ ਥੱਲੇ ਤੱਕ ਇਹ ਜੀ ਉਹ ਜਿਹਦਾ ਜ਼ਿਕਰ ਮਾਤਾ ਜੀ ਨੇ ਕੀਤਾ ਸੀ ਮੋਹਨ ਦਾ ਖੂਹ ਜਿਹਦਾ ਪਾਣੀ ਬੜਾ ਠੰਡਾ ਸੀ ਜੀ ਇਸ ਜਗ੍ਹਾ ਖੂਹ ਹੁੰਦਾ ਸੀ ਅਤੇ ਭਾਈ ਹੋਰੀ ਦੱਸ ਰਹੇ ਨੇ ਕਿ ਇੱਥੇ ਕੋਈ ਤਖਤੀ ਵੀ ਲੱਗੀ ਹੁੰਦੀ ਸੀ ਉਸ ਖੂਹ 'ਤੇ ਅਤੇ ਖੈਰ ਉਹ ਨੇ ਵਕਤ ਦੇ ਨਾਲ ਨਾਲ ਖੂਹ ਸਾਰੇ ਪੂਰ ਕੱਤੇ ਇਹ ਵਾਲੀ ਇਸ ਜਗ੍ਹਾ ਇਹ ਪਲੇਟ ਸੀ ਕੀ ਲਿਖਿਆ ਸੀ ਉੱਪਰ ਕੁਛ ਲਿਖਿਆ ਸੀ ਮਨਮੋਹਨ ਸਿੰਘ ਅੱਛਾ 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 ਜੀ ਅੱਛਾ 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 ਇਹ ਜੀ ਮਨਮੋਹਨ ਦਾ ਜਿਹੜਾ ਖੂਹ ਸੀ ਉਸ ਜਗ੍ਹਾ ਤੇ ਭਾਈ ਹੋਰੀ ਦੱਸ ਰਹੇ ਨੇ ਜੀ ਇਹ ਤਖਤੀ ਇਸ ਵੇਲੇ ਜ਼ਮੀਨ ਦੇ ਵਿੱਚ ਗੱਡੀ ਗਈ ਜੀ ਤੇ ਇਹਦੇ ਤੇ ਸਾਰਾ ਕੁਛ ਉਹਨਾਂ ਦਾ ਸਜਰਾ ਲਿਖਿਆ ਸੀ ਉਹਨਾਂ ਦਾ ਨਾਂ ਉਹਨਾਂ ਦੇ ਪਿਓ ਦਾਦੇ ਦਾ ਨਾਂ ਸਾਰਾ ਕੁਛ ਕਿਲਾ ਕਲਾ ਸੋਭਾ ਸਿੰਘ ਨਵਾਂ ਨਾਂ ਕਿਲਾ ਅਹਿਮਦਾਬਾਦ ਅੱਛਾ ਅੱਛਾ ਇਹ ਜੀ ਉਹ ਨਾਲਾ ਜਿਹਦਾ ਜ਼ਿਕਰ ਮਾਂ ਜੀ ਨੇ ਆਪਣੀ ਵੀਡੀਓ ਦੇ ਵਿੱਚ ਕੀਤਾ ਸੀ ਕਿ ਸਟੇਸ਼ਨ ਤੋਂ ਆਉਂਦਿਆਂ ਇੱਕ ਨਾਲਾ ਆਉਂਦਾ ਸੀ
واپسی ٹھیک ہے ٹھیک ہے چلتے رہو اسی جی اس روٹ تے موجود ہاں جڑا سانوں سٹیشن دی طرف لے کے جا رہا ہے روٹ ہے جی جڑا پسرور تو سانو ناروال سٹی وچ لے کے جاندا ہے جی اوکے اوکے اتھے سکول دے سامنے بلے مار اگے اگے کر اگے کر سیریس لینی ہے جی گورنمنٹ ماڈل ہائی اسکول کلا احمد آباد ناروال بہت بڑا شہر ایک ٹاؤن بن گیا جی تین حصے ودیا جی قلعہ ہے جی پارک بنیا پارک ہے جی سامنے اسٹیشن قلعہ صوبہ سنگھ صبح سے